ਹਾਂ ਵੀ ਦੋਸਤੋ, ਪੰਜਾਬੀ ਮੰਚ ਲਾਈਵ ਤੁਹਾਡਾ ਸਭ ਦਾ ਸਵਾਗਤ ਕਰਦਾ ਹੈ। ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ, ਜਿਸ ਤਰ੍ਹਾਂ ਅਸੀਂ ਅਨਾਊਂਸ ਕੀਤਾ ਸੀ ਉਹਦੇ ਮੁਤਾਬਕ, ਤਾਂ ਅਸੀਂ ਆਰਬੀ ਸਿੰਘ ਪੰਜਾਬੀ ਸਿੰਗਰ ਨਾਲ ਮੁਲਾਕਾਤ ਦਾ ਸਿਲਸਿਲਾ ਰੱਖਿਆ ਹੋਇਆ, ਪਰ ਮੈਂ ਇਸ ਬਾਰੇ ਸ਼ੋਰ ਨਹੀਂ ਹੈ ਕਿ ਉਹਨਾਂ ਦਾ ਵੀਡੀਓ ਚੈਟਿੰਗ ਸੋਫਟਵੇਅਰ ਪੂਰੀ ਤਰ੍ਹਾਂ ਵਰਕ ਕਰੇਗਾ ਕਿ ਨਹੀਂ, ਕਿਉਂਕਿ ਅਸੀਂ ਇੱਕ ਦੋ ਦਿਨ ਪਹਿਲਾਂ ਕੋਸ਼ਿਸ਼ ਕੀਤੀ ਸੀ ਕਿ ਉਹਨੂੰ ਟੈਸਟ ਕਰ ਲਿਆ ਜਾਵੇ। ਉਹਨਾਂ ਨੇ ਆਪਣੇ ਸੈੱਲਫੋਨ 'ਤੇ ਇੰਸਟਾਲ ਕੀਤਾ ਹੋਇਆ ਸੀ ਅਤੇ ਉਹ ਇੰਨੇ ਵਧੀਆ ਤਰੀਕੇ ਦੇ ਨਾਲ ਵਰਕ ਨਹੀਂ ਸੀ ਕਰ ਰਿਹਾ, ਅਤੇ ਕੰਪਿਊਟਰ 'ਤੇ ਵੀ ਕਹਿੰਦੇ ਸੀ ਮੈਂ ਇੰਸਟਾਲ ਕਰਾਂਗਾ। ਮੇਰੇ ਖਿਆਲ ਉਹਨਾਂ ਨੇ ਨਵਾਂ ਪਾਸਵਰਡ ਬਣਾਇਆ, ਅਤੇ ਜੇ ਉਹ ਠੀਕ ਠਾਕ ਚੱਲ ਗਿਆ ਤਾਂ ਫਿਰ ਠੀਕ ਹੈ, ਅਤੇ ਨਹੀਂ ਤਾਂ ਅਸੀਂ ਫੋਨ ਦੇ ਰਾਹੀਂ ਵੀ ਟਰਾਈ ਕਰ ਸਕਦੇ ਹਾਂ। ਸੋ ਮੈਂ ਉਹਨਾਂ ਨੂੰ ਦੇਖਦਾ, ਜੇ ਉਹ ਉਹਨਾਂ ਵਿੱਚੋਂ ਕੋਈ ਵੀ ਉਹਨਾਂ ਦਾ ਲਿੰਕ ਵਰਕ ਕਰਦਾ ਹੋਇਆ ਤਾਂ ਠੀਕ ਹੈ, ਨਹੀਂ ਤਾਂ ਫਿਰ ਇਨ ਦਾ ਮੇਨ ਟਾਈਮ ਜਿਹੜਾ ਮੇਰਾ ਰੈਗੂਲਰ ਪ੍ਰੋਗਰਾਮ ਹੁੰਦਾ ਉਹ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਇਸ ਦਿਨ ਸ਼ੁੱਕਰਵਾਰ ਨੂੰ, ਜਦੋਂ ਕਿ ਹਿੰਦੁਸਤਾਨ 'ਚ ਸ਼ਨਿਚਰਵਾਰ ਹੁੰਦਾ, ਅਸੀਂ ਆਪਣੇ ਨਵੇਂ ਅਤੇ ਪੁਰਾਣੇ ਦੋਸਤਾਂ ਨਾਲ ਤੁਹਾਡੀ ਮੁਲਾਕਾਤ ਕਰਾਈ ਦੀ ਹੈ। ਫਿਰ ਮੈਂ ਉਹ ਮੁਲਾਕਾਤ ਦਾ ਸਿਲਸਿਲਾ ਜਾਰੀ ਰੱਖਾਂਗਾ, ਜਿਹਦੇ ਵਿੱਚ ਕਿ ਮੈਂ ਕੁਛ ਨਵੇਂ ਬੰਦਿਆਂ ਨੂੰ ਐਡ ਕਰਾਂਗਾ ਅੱਜ, ਅਤੇ ਉਹਨਾਂ ਨਾਲ ਤੁਹਾਡੀ ਜਾਣਕਾਰੀ ਕਰਾਈ ਜਾਏਗੀ। ਅਤੇ ਸਭ ਤੋਂ ਪਹਿਲਾਂ ਮੈਂ ਕੋਸ਼ਿਸ਼ ਕਰਦਾ ਕਿ ਉਹਨਾਂ ਨੇ ਇੱਥੇ ਜਿਹੜੇ ਦੋ ਲਿੰਕ ਦਿੱਤੇ ਹੋਏ ਨੇ, ਮੈਂ ਦੇਖਦਾ ਕਿ ਸ਼ਾਇਦ ਉਹਨਾਂ ਦੇ ਵਿੱਚੋਂ ਜੇ ਉਹਨਾਂ ਦਾ ਕੋਈ ਲਿੰਕ ਵਰਕ ਕਰ ਗਿਆ ਤਾਂ ਫਿਰ ਠੀਕ ਆ, ਫਿਰ ਉਹਨਾਂ ਨੂੰ ਸਭ ਤੋਂ ਪਹਿਲਾਂ ਉਹਨਾਂ ਨੂੰ ਲਿਆ ਜਾਏਗਾ। ਉਹਨਾਂ ਦੀ ਇੰਟਰਵਿਊ ਤੋਂ ਬਾਅਦ ਫਿਰ ਮੈਂ ਦੂਸਰਾ ਸਿਲਸਿਲਾ ਜਿਹੜਾ ਹੈ ਮੁਲਾਕਾਤਾਂ ਦਾ ਸਿਲਸਿਲਾ ਉਹ ਮੈਂ ਬਾਅਦ 'ਚ ਕਰਾਂਗਾ, ਅਦਰਵਾਈਜ਼ ਉਹ ਕੰਮ ਮੈਂ ਪਹਿਲਾਂ ਸ਼ੁਰੂ ਕਰ ਦਿਆਂਗਾ ਜਿਸ ਤਰ੍ਹਾਂ ਕਿ ਰੈਗੂਲਰ ਪਹਿਲਾਂ ਹੁੰਦਾ ਹੀ ਹੈ। ਸੋ ਲੈਟ ਮੀ ਫਾਈਂਡ ਆਊਟ ਵਿਚ ਵਨ ਆਫ ਦੀਸ ਟੂ ਇਜ਼ ਗੋਇੰਗ ਟੂ ਵਰਕ। Looks like this one is not going to work anyway because this one doesn't even show its own name. The other one does. Okay, let me try that one now. So it looks like it's connecting, so we'll see if we have some luck with this one. So we'll find out soon. Okay. ਹਾਂ ਜੀ, ਫੋਟੋ ਨਹੀਂ ਥੋੜ੍ਹੀ, ਹਾਂ ਆ ਗਈ ਆ, ਆ ਗਈ ਆ। ਸੋ ਥੋੜ੍ਹਾ ਪਿੱਛੇ ਹੋ ਜਾਓ ਕੈਮਰੇ ਤੋਂ। ਸਤਿ ਸ਼੍ਰੀ ਅਕਾਲ। ਹਾਂ ਸਤਿ ਸ਼੍ਰੀ ਅਕਾਲ ਜੀ, ਮੈਨੂੰ ਲੱਗਦਾ ਇਹ ਵਰਕ ਕਰ ਜੂਗਾ ਅੱਜ ਆਪਣਾ, ਥੋੜ੍ਹਾ ਕੈਮਰੇ ਤੋਂ ਥੋੜ੍ਹਾ ਜਿਹਾ ਪਿੱਛੇ ਹੋ ਜਾਓ, ਥੋੜ੍ਹਾ ਜਿਹਾ ਹੋਰ, ਕਿਉਂਕਿ ਤੁਹਾਡਾ ਇੱਥੋਂ ਉੱਧਰ ਪੋਰਸ਼ਨ ਥੋੜ੍ਹਾ ਜਿਹਾ ਹੋਰ ਪਿੱਛੇ ਹੋ ਜਾਓ ਕੈਮਰੇ ਤੋਂ, ਥੋੜ੍ਹਾ ਜਿਹਾ ਕੈਮਰੇ ਤੋਂ ਹੋਰ ਪਿੱਛੇ ਹੋ ਜਾਓ ਤਾਂ ਕਿ ਤੁਹਾਡੀ ਹਾਂਜੀ ਪਿਕਚਰ ਥੋੜ੍ਹੀ ਜਿਹੀ ਹੋਰ ਜ਼ਿਆਦਾ ਆਉਣੀ ਚਾਹੀਦੀ ਹੈ ਨਾ, ਅੱਧਾ ਅੱਧਾ ਤੁਹਾਡਾ ਫੇਸ ਕੱਟਿਆ ਜਾ ਰਿਹਾ, ਥੋੜ੍ਹਾ ਜਿਹਾ ਕੈਮਰੇ ਦੇ ਪਿੱਛੇ ਹੋ ਜਾਓ, ਥੋੜ੍ਹਾ ਦੂਰ ਹੋ ਜਾਓ। ਹਾਂ ਇੱਥੇ ਇੱਥੇ ਠੀਕ ਸੀ, ਉਹ ਕੱਟੀ ਗਿਆ ਮੇਰਾ ਖਿਆਲ, ਐਡਜਸਟਮੈਂਟ ਤਾਂ ਤੁਹਾਨੂੰ ਕਰਨੀ ਪੈਣੀ, ਫਿਰ ਤੁਹਾਨੂੰ ਇੱਕ ਵਾਰੀ ਪਤਾ ਲੱਗ ਜਾਣਾ ਵੀ ਕਿੱਥੇ ਕੁ ਠੀਕ ਆਇਆ ਕਰਨਾ ਇਹ। ਸੋ ਲੈਟਸ ਫਾਈਂਡ ਆਊਟ। Okay, looks like you got disconnected. I have to try again. Hopefully this will work. The audio na suni te fir main idro phone tode dial kar dunga, so we'll see. ਓਕੇ, ਲੈਟਸ ਸੀ ਵਾਟ ਹੈਪਨ ਦਿਸ ਟਾਈਮ। ਹਾਂਜੀ ਠੀਕ ਆ, ਇੱਥੇ ਠੀਕ ਆ, ਇੱਥੇ ਹੁਣ ਤੁਹਾਡੀ ਪਿਕਚਰ ਠੀਕ ਆ, ਅੱਧੀ ਜਿੰਨੀ ਆਉਣੀ ਚਾਹੀਦੀ ਆ, ਠੀਕ ਹੈ, ਵਧੀਆ, ਪੋਸਟਰ ਵੀ ਆ ਰਿਹਾ ਪਿੱਛੇ ਉਦਾਂ ਕ, ਜੇ ਥੋੜ੍ਹਾ ਜਿਹਾ ਆਪਣੇ ਸੱਜੇ ਹੱਥ ਨੂੰ ਹੋ ਜਾਵੋ ਤਾਂ ਪੋਸਟਰ ਤੁਹਾਡਾ ਹੋਰ ਆ ਜਾਏਗਾ, ਤੁਸੀਂ ਆਪਣੇ ਜੇ ਰਾਈਟ ਸਾਈਡ ਨੂੰ ਥੋੜ੍ਹਾ ਜਿਹਾ ਹੋ ਜਾਓ। ਤੁਹਾਨੂੰ ਆਵਾਜ਼ ਮੇਰੀ ਠੀਕ ਸੁਣ ਰਹੀ ਹੈ ਨਾ? ਹਾਂ ਹੁਣ ਆ ਰਿਹਾ ਤੁਹਾਡਾ ਠੀਕ ਆ, ਆਵਾਜ਼ ਆਵਾਜ਼ ਤੁਹਾਨੂੰ ਸੁਣ ਰਹੀ ਆ ਅੱਜ ਕਿ ਨਹੀਂ?
ਤੁਹਾਡਾ ਉਧਰ ਵਾਲਾ ਇਸ਼ੂ ਅੱਜ ਵੀ, ਕਿਉਂਕਿ ਮੇਰੇ ਵੱਲੋਂ ਸਰ ਤਾਂ ਵੀ ਵੋਲੀਅਮ ਯਾਰ ਪੂਰਾ ਆ, ਸੇਮ ਪ੍ਰੋਬਲਮ ਆ ਰਹੀ ਕੱਟ ਕੱਟ ਕੇ ਸੇਮ ਪ੍ਰੋਬਲਮ ਆ ਰਹੀ ਹੈ। ਜਾਂ ਤੇ ਤੁਸੀਂ ਕਦੇ ਅੱਜ ਕਾਲ ਕਰੋ, ਮੈਂ ਫਿਰ ਤੁਹਾਨੂੰ ਪੁੱਛਦਾ ਕਿੱਦਾਂ ਤੁਸੀਂ ਕਰਨਾ। ਕੰਪਿਊਟਰ ਤੇ ਹੈਗੇ ਆ ਕਿ ਜਾਂ ਆਪਣੇ ਸੈੱਲ ਫੋਨ ਤੇ? ਅੱਜ ਵੀ ਹੈਲੋ, ਮੈਂ ਡਾਇਲ ਕਰ ਦਿੰਦਾ ਇਧਰੋਂ। ਤੁਸੀਂ ਆਪਣੀ ਆ ਜਿਹੜਾ ਮਾਈਕਰੋਫੋਨ ਹੈ ਨਾ ਤੇ ਸਪੀਕਰ, ਉਹਨਾਂ ਨੂੰ ਬੇਸ਼ੱਕ ਬੰਦ ਹੀ ਕਰ ਦਿਓ। ਮੈਂ ਇਧਰੋਂ ਫੋਨ ਡਾਇਲ ਕਰ ਦਿੰਦਾ, ਆਇਲ ਡਾਇਲ। So we will see. Just hold. You have 1,164 minutes. Please wait. Your call is being routed. ਮਿੰਟ ਬਥੇਰੇ ਆਪਣੇ ਕੋਲ, ਆਪਾਂ ਨੂੰ ਤਾਂ 60 ਚਾਹੀਦੇ ਆ, ਘੰਟਾ ਕੀ ਚੱਲਣਾ ਆਪਣਾ। ਹੈਲੋ, ਹਾਂਜੀ, ਹੁਣ ਹੁਣ ਆਵਾਜ਼ ਠੀਕ ਹੈ? ਹੁਣ ਉੱਧਰ ਉੱਧਰ ਨਹੀਂ, ਹੁਣ ਤੁਹਾਨੂੰ ਬੋਲਣ ਦੀ ਲੋੜ। ਉੱਧਰ ਜਿਹੜਾ ਤੁਹਾਡਾ ਹੈਗਾ ਨਾ ਮਾਈਕਰੋਫੋਨ, ਇਹਦੇ ਵਿੱਚ ਉਹ 'ਚ ਉਹਨੂੰ ਬੇਸ਼ੱਕ ਕਲੋਜ਼ ਹੀ ਕਰ ਦਿਓ ਮਾਈਕਰੋਫੋਨ ਨੂੰ, ਉਹਦੇ ਵਿੱਚ ਤੁਹਾਨੂੰ ਬੋਲਣ ਦੀ ਲੋੜ ਨਹੀਂ। ਮਤਲਬ ਕੀ ਗੱਲ, ਉਹੀ ਸੇਮ ਪ੍ਰੋਬਲਮ ਮੈਂ ਮੋਬਾਈਲ ਤੇ ਹੀ ਕਰ ਰਿਹਾ ਜੇ ਵੀ ਫਿਲਹਾਲ। ਨਹੀਂ ਨਹੀਂ ਮੇਰੇ ਕੋਲ, ਹਾਂਜੀ ਉਹ ਠੀਕ ਹੈ, ਉਹ ਤਾਂ ਠੀਕ ਹੈ, ਪਰ ਤੁਹਾਡੀ ਹੁਣ ਆਵਾਜ਼, ਤੁਹਾਨੂੰ ਮੇਰੀ ਆਵਾਜ਼ ਸੁਣ ਰਹੀ ਹੈ ਕਿ ਨਹੀਂ? ਹੁਣ ਹੁਣ ਫੋਨ ਰਾਹੀਂ ਤਾਂ ਕਲੀਅਰ ਸੁਣ ਰਹੀ ਮੈਂ। ਹਾਂਜੀ ਫੋਨ ਹੈ ਤੇ ਸੁਣ ਰਹੀ, ਮਤਲਬ ਮੈਂ ਕਹਿ ਰਿਹਾ ਸੀਗਾ ਨਹੀਂ ਨਹੀਂ ਉਹ ਤੁਹਾਨੂੰ ਕਲੀਅਰ ਤਾਂ ਸੁਣੂਗੀ। ਤੁਸੀਂ ਉਬੂ ਦਾ ਮਾਈਕਰੋਫੋਨ ਤੇ ਸਪੀਕਰ ਜਿਹੜਾ ਉਹ ਬੰਦ ਕਰੋ, ਮੈਂ ਤੁਹਾਨੂੰ ਉਦਣ ਵੀ ਇਹ ਦੱਸ ਰਿਹਾ ਸੀ, ਤੁਹਾਨੂੰ ਕੱਲੀ ਫੋਨ ਤੇ ਹੀ ਸੁਣਨੀ ਚਾਹੀਦੀ ਆ, ਜਾਂ ਫਿਰ ਮੈਨੂੰ ਤੁਸੀਂ ਦੂਸਰਾ ਕੋਈ ਫੋਨ ਦਿਓ ਸੈਕੰਡ। ਮੈਂ ਤੁਹਾਨੂੰ ਇਹ ਵੀ ਕਿਹਾ ਸੀ ਵੀ ਜਾਂ ਫਿਰ ਮੈਨੂੰ ਸੈਕੰਡ ਫੋਨ ਤੁਸੀਂ ਦਿਓ, ਕਿਉਂਕਿ ਤੁਹਾਡੇ ਫੋਨ ਦੇ ਵਿੱਚ ਮੈਨੂੰ ਜਿਹਦੇ ਤੇ ਤੁਸੀਂ ਉਬੂ ਜਿਹਦੇ ਤੇ ਵੀਡੀਓ ਆਨ ਕੀਤੀ ਨਾ, ਉਹ ਨੰਬਰ ਨਾ ਦਿਓ। ਵੀਡੀਓ ਕਿਹਦੇ ਤੇ ਆਉਣੀ ਆ ਜਿਹੜਾ ਮੈਂ ਡਾਇਲ ਕੀਤਾ? ਨਹੀਂ ਉਹ ਨਹੀਂ ਚਾਹੀਦਾ, ਉਹ ਨਹੀਂ ਚਾਹੀਦਾ ਮੈਨੂੰ, ਉਹ ਨਹੀਂ ਚਾਹੀਦਾ, ਦੂਸਰਾ ਕੋਈ ਹੋਰ ਨੰਬਰ ਦਿਓ। ਮੈਂ ਮੈਂ ਫੋਨ ਕੱਲ੍ਹ ਨੂੰ ਲਾ ਦਿੰਦਾ, ਤੁਸੀਂ ਮੈਨੂੰ ਨਹੀਂ, ਸਾਰੀ ਦੁਨੀਆਂ ਨੂੰ ਨਹੀਂ ਸੁਣੂਗਾ ਕਿਉਂਕਿ ਆਪਾਂ ਲਾਈਵ ਹੈ ਇਸ ਵੇਲੇ। ਓਕੇ ਹਾਂ, ਦੇ ਦਿਓ। ਓਕੇ ਪੰਜ ਤਿੰਨ ਅੱਠ ਤਾਂ ਦੋ ਦਸ ਹਾਂ, ਦਸ ਅੱਖਰ ਹੋ ਗਏ। ਓਕੇ ਤੁਸੀਂ ਇੱਕ ਵਾਰੀ ਫਿਰ ਬੋਲਿਓ, ਮੈਂ ਨਹੀਂ ਬੋਲਦਾ ਇੱਧਰੋਂ, ਤੁਸੀਂ ਬੋਲੋ ਇੱਕ ਵਾਰੀ ਦੁਬਾਰਾ। ਠੀਕ ਹੈ, ਓਕੇ ਅਤੇ ਤੁਸੀਂ ਹੁਣ ਆਹ ਫੋਨ ਕੱਟ ਦਿਓ ਅਤੇ ਮੈਂ ਉਹ ਡਾਇਲ ਕਰਦਾ ਫਿਰ, ਠੀਕ ਹੈ? ਅੱਛਾ, ਉਹਨੂੰ ਔਨ ਕਰ ਲਿਓ ਅਤੇ ਇੱਧਰੋਂ ਉਹਨੂੰ ਮੈਂ ਡਾਇਲ ਕਰਾਂਗਾ ਅਤੇ ਉਹਦਾ ਤੁਸੀਂ ਬੇਸ਼ੱਕ ਜਿਹੜਾ ਸਪੀਕਰ ਅਤੇ ਮਾਈਕਰੋਫੋਨ ਉਹਦੇ ਦੋਨੇ ਹੀ ਬੰਦ ਕਰ ਦਿਓ, ਉਹਦੇ ਨਾਲ ਤੁਹਾਡੀ ਥੋੜ੍ਹੀ ਮੈਮਰੀ ਵੀ ਸੇਵ ਹੋਜੂਗੀ, ਨਾਲੇ ਫਿਰ ਵਿੱਚ ਉਹਦੇ ਇੰਟਰਪਸ਼ਨ ਨਹੀਂ ਹੋਊਗੀ। ਨਹੀਂ ਨਹੀਂ ਫੋਨ ਦੇ ਵਿੱਚ ਇੰਟਰਨੈਟ ਤੋਂ ਆਹ ਜਿਹੜਾ ਮੈਂ ਡਾਇਲ ਕਰਨਾ ਇਹ ਥੋੜ੍ਹੀ ਚਾਹੀਦਾ ਇਹਦੇ ਉਹਦੇ ਤੁਸੀਂ ਉਹ ਜਿਹਦੇ ਤੇ ਹਾਂ ਉਹਦੇ ਤੇ ਫੋਨ ਤੇ ਨਹੀਂ ਚਾਹੀਦਾ ਇੰਟਰਨੈਟ ਤੁਹਾਨੂੰ। ਹਾਂਜੀ ਉਹ ਤੇ ਤੁਹਾਡਾ ਮੋਬਾਈਲ ਹੀ ਹੈ ਨਾ ਉਹ ਜਿਹੜਾ ਦੂਜਾ ਵੀ ਹੈ, ਰਾਈਟ? ਉਹ ਤੇ ਤੁਹਾਨੂੰ ਇੰਟਰਨੈਟ ਥੋੜ੍ਹੀ ਚਾਹੀਦਾ, ਉਹਦੇ ਵਿੱਚ ਜਿਹੜਾ ਆ ਤੁਹਾਡਾ ਨਾ ਉਹਦੇ ਵਿੱਚ ਤੁਹਾਨੂੰ ਉਹਦਾ ਮਾਈਕਰੋਫੋਨ ਤੇ ਸਪੀਕਰ ਦੋਨੋਂ ਬੰਦ ਕਰਨੇ ਪੈਣੇ ਆ। ਉਹਦਾ ਕੈਮਰਾ ਮੈਂ ਤੁਹਾਨੂੰ ਦੱਸਦਾ ਕਿੱਦਾਂ ਕਰਨਾ, ਉਹਦਾ ਕੈਮਰਾ ਹੀ ਇਕੱਲਾ ਤੁਸੀਂ ਰੱਖਣਾ ਹੈਗਾ, ਰਾਈਟ? ਤਾਂ ਉਹਦੀ ਮੈਮਰੀ ਵੀ ਥੋੜ੍ਹੀ ਸੇਵ ਹੋ ਜਾਊਗੀ ਅਤੇ ਦੂਜੀ ਗੱਲ ਇਹ ਵੀ ਆਵਾਜ਼ ਵੀ ਜਿਹੜੀ ਤੁਹਾਨੂੰ ਕਲੀਅਰ ਨਹੀਂ ਸੀ ਸੁਣ ਰਹੀ ਉਹ ਵੀ ਹੋ ਜਾਊਗੀ ਫਿਰ, ਕਿਉਂਕਿ ਸੈੱਲ ਦੇ ਵਿੱਚ ਮੈਮਰੀ ਤੁਹਾਡੇ ਮੋਬਾਈਲ ਦੇ ਵਿੱਚ ਮੈਮਰੀ ਥੋੜ੍ਹੀ ਘੱਟ ਹੈ ਨਾ, ਫਿਰ ਮੈਮਰੀ ਥੋੜ੍ਹੀ ਉਹਦੇ ਨਾਲ ਸੇਵ ਵੀ ਹੋ ਜਾਊਗੀ। ਇਕੱਲਾ ਕੈਮਰੇ ਨੇ ਫਿਰ ਮੈਮਰੀ ਯੂਜ਼ ਕਰਨੀ ਹੈ, ਸਪੀਕਰ ਨੇ ਅਤੇ ਮਾਈਕਰੋਫੋਨ ਨੇ ਕਰਨੀ ਨਹੀਂ ਯੂਜ਼, ਠੀਕ ਹੈ ਨਾ? ਓਕੇ ਮੈਂ ਫਿਰ ਹੁਣ ਆਹ ਬੰਦ ਕਰ ਦਿੰਦਾ ਅਤੇ ਦੂਸਰਾ ਨੰਬਰ ਮੈਂ ਡਾਇਲ ਕਰਦਾ। ਓਕੇ ਯਾ
You have 1,160 minutes. Please wait. Your call is being routed. ਹਾਂਜੀ ਹੁਣ ਤੁਹਾਨੂੰ ਆਵਾਜ਼ ਠੀਕ ਆ ਰਹੀ ਹੈ ਇਹਦੇ ਤੇ? ਹਾਂਜੀ ਸਰ, ਇਹਦੇ ਤੇ ਤਾਂ ਆਵਾਜ਼ ਠੀਕ ਆ ਰਹੀ ਹੈ ਨਾ? ਹਾਂਜੀ ਆਵਾਜ਼ ਆ ਰਹੀ ਹੈ। ਓਕੇ ਓਕੇ, ਚਲੋ ਠੀਕ ਆ। ਹੁਣ ਮੈਂ ਤੁਹਾਨੂੰ ਉਹ ਡਾਇਲ ਕਰਦਾ, ਉਹਦੇ ਦੇ ਵਿੱਚ ਤੁਹਾਡਾ ਸਪੀਕਰ ਤੇ ਮਾਈਕਰੋਫੋਨ ਜਿਹੜਾ ਉਹ ਬੰਦ ਕਰਨਾ, ਉਹ ਮੈਂ ਤੁਹਾਨੂੰ ਦੱਸਦਾ ਵੀ ਕਿਸ ਤਰ੍ਹਾਂ ਉਹ ਬੰਦ ਕਰਨਾ। ਓਕੇ, ਲੈਟ ਮੀ ਡਾਇਲ ਫਸਟ। ਓਕੇ, ਤੁਹਾਡੀ ਪਿਕਚਰ ਆਉਣ ਨੂੰ ਵੀ ਥੋੜ੍ਹੀ ਦੇਰ ਲੱਗਦੀ ਆ, ਕਾਫੀ ਦੇਰ ਲਾਉਂਦਾ, 10 ਸਕਿੰਟ ਲਾ ਦਿੰਦਾ ਉਹ, ਕਿਉਂਕਿ ਥੋੜ੍ਹੀ ਮੇਰੇ ਖਿਆਲ ਮੈਮਰੀ ਦੀ ਪ੍ਰੋਬਲਮ ਹੈਗੀ ਉਹਦੇ 'ਚ ਥੋੜ੍ਹੀ ਜਿਹੀ, ਉਹਨੂੰ ਥੋੜ੍ਹਾ ਜਿਹਾ ਐਡਜਸਟ ਕਰ ਲਓ, ਥੋੜ੍ਹਾ ਜਿਹਾ ਆਪਣੇ ਸੱਜੇ ਹੱਥ ਨੂੰ ਹੋਰ ਹੋ ਜਾਓ, ਤੁਹਾਡਾ ਪੋਸਟਰ ਥੋੜ੍ਹਾ ਜਿਹਾ, ਹਾਂ ਇੱਥੇ ਠੀਕ ਆ, ਇੱਥੇ ਠੀਕ ਆ। ਓਕੇ, ਹੁਣ ਮੈਂ ਤੁਹਾਨੂੰ ਦੱਸਦਾ ਵੀ ਇਹਦਾ ਤੁਹਾਨੂੰ ਹੁਣ ਆਪਣੀ ਸਕਰੀਨ ਵੀ ਦਿਸ ਰਹੀ ਆ, ਮੇਰੀ ਸਕਰੀਨ ਵੀ ਦਿਸ ਰਹੀ ਆ, ਰਾਈਟ? ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਇਹਦਾ ਸਪੀਕਰ ਤੇ ਮਾਈਕਰੋਫੋਨ ਬੰਦ ਕਿੱਦਾਂ ਕਰਨਾ। ਆਹ ਜਿਹੜੇ ਥੱਲੇ ਆਈਕੋਨ ਬਣੇ ਆ ਨਾ, ਜਿੱਥੇ ਮੈਂ ਕਰਸਰ ਰੱਖ ਰਿਹਾ, ਆਹ ਇੱਕ ਰਾਊਂਡ ਜਿਹਾ ਬਣਿਆ, ਉਹ ਕੈਮਰੇ ਦਾ ਆ, ਆਹ ਦੂਸਰੇ ਨੰਬਰ ਤੇ ਹੈਗਾ, ਇਹ ਮਾਈਕਰੋਫੋਨ ਦਾ ਆ, ਆਹ ਮਾਈਕਰੋਫੋਨ ਬਣਿਆ ਨਾ, ਉਹ ਤੋਂ ਬਾਅਦ ਜਿਹੜਾ ਆਹ ਸਪੀਕਰ ਦਾ ਆ, ਇਹਨਾਂ ਦੀ ਤੁਹਾਨੂੰ ਲੋੜ ਨਹੀਂ ਹੈ, ਆਪਾਂ ਬੰਦ ਕਰਨੇ ਆ, ਰਾਈਟ? ਆਹ ਜਿਹੜੇ ਆ ਨਾ, ਇਹ ਬੰਦ ਕਰਨੇ ਆ। ਇਹ ਜਿਹੜਾ ਤੁਹਾਡਾ ਹੁਣ ਚੈੱਕ ਹੋਇਆ ਇੱਥੇ, ਉਹ ਚੈੱਕ ਮਾਰਕ ਨੂੰ ਹੋਰ ਕਿਤੇ ਇੱਥੋਂ ਜਿੱਥੇ ਲੱਗਾ ਹੈ ਚੈੱਕ ਮਾਰਕ, ਉੱਥੋਂ ਹਟਾ ਦਿਓ ਉਹਨਾਂ ਨੂੰ, ਉਹਦੇ ਉੱਤੇ ਕਲਿੱਕ ਕਰ ਦਿਓ, ਫਿਰ ਉਹ ਹਟ ਜਾਣਾ, ਉਹ ਇੱਦਾਂ ਕਲਿੱਕ ਕਰ ਦਿਓ, ਜਿੱਦਾਂ ਮੈਂ ਕੀਤਾ ਨਾ, ਹਟ ਗਿਆ ਨਾ। ਇਸੇ ਤਰ੍ਹਾਂ ਜਿਹੜਾ ਤੁਹਾਡਾ ਸਪੀਕਰ ਆ, ਕਿਉਂਕਿ ਆਪਾਂ ਉਹ ਯੂਜ਼ ਹੀ ਨਹੀਂ ਕਰਨਾ, ਆਹ ਜਿਹੜਾ ਉਹਦੇ ਮੋਹਰੇ ਵੀ ਜਿਹੜਾ ਲੱਗਾ ਹੋਇਆ ਚੈੱਕ ਮਾਰਕ, ਉਹ ਹਟਾ ਦਿਓ ਤੇ ਮਾਈਕਰੋਫੋਨ ਦੇ, ਠੀਕ ਆ? ਤੇ ਹੁਣ ਉਹਦੇ ਵਿੱਚ ਤਾਂ ਕਿ ਤੁਹਾਡੇ ਵਿਘਨ ਨਾ ਪਾਵੇ ਆਵਾਜ਼ ਦੇ ਵਿੱਚ, ਹੁਣ ਤੁਹਾਨੂੰ ਆਵਾਜ਼ ਬਿਲਕੁਲ ਠੀਕ ਸੁਣ ਰਹੀ ਹੈ ਸਰ, ਆਪਣੇ ਮੋਬਾਈਲ ਦੇ ਰਾਹੀਂ, ਠੀਕ ਹੈ ਨਾ? ਚਲੋ ਠੀਕ ਆ, ਸੋ ਵੀ ਆਰ ਆਲ ਸੈਟ। ਓਕੇ, ਮੈਂ ਥੋੜ੍ਹਾ ਵੋਲੀਅਮ ਇੱਧਰੋਂ ਬੇਸ਼ੱਕ ਉੱਚਾ ਕਰਦੇ ਹਾਂ ਤਾਂ ਕਿ ਤੁਹਾਡੀ ਆਵਾਜ਼ ਚੰਗੀ ਤਰ੍ਹਾਂ ਰਿਕਾਰਡ ਹੋ ਜਾਏ। ਇੱਕ ਵਾਰੀ ਮੈਂ ਚੈੱਕ ਵੀ, ਹਾਂਜੀ ਓਕੇ, ਇੱਕ ਵਾਰੀ ਚੈੱਕ ਵੀ ਕਰ ਲੈਂਦੇ ਹਾਂ। ਤੁਹਾਨੂੰ ਹੁਣ ਤੁਹਾਨੂੰ ਤਾਂ ਠੀਕ ਠਾਕ ਸੁਣ ਰਹੀ ਹੈ ਨਾ? ਹਾਂ, ਮੈਂ ਉਹੀ ਚੈੱਕ ਕਰ ਰਿਹਾ, ਉੱਧਰ ਮੈਂ ਮੋਨੀਟਰ ਵੀ ਕਰ ਰਿਹਾ ਨਾ ਦੂਸਰੇ ਪਾਸੇ, ਐਵਰੀਥਿੰਗ ਇਜ਼ ਵਰਕਿੰਗ ਫਾਈਨ, ਸੋ ਰਿਕਾਰਡਿੰਗ ਇਜ਼ ਓਕੇ, ਐਵਰੀਥਿੰਗ ਇਜ਼ ਫਾਈਨ, ਸੋ ਵੀ ਆਰ ਆਲ ਸੈਟ, ਸੋ ਵੀ ਆਰ ਚੈਕਿੰਗ ਇਟ, ਸੋ ਐਵਰੀਥਿੰਗ ਇਜ਼ ਫਾਈਨ, ਓਕੇ, ਲੈਟ ਮੀ ਟਰਨ ਇਟ ਡਾਊਨ ਨਾਓ, ਓਕੇ, ਲੈਟ ਮੀ ਟਰਨ ਇਟ ਡਾਊਨ, ਸੋ ਵੀ ਆਰ ਫਾਈਨ, ਸੋ ਉਹ ਵੀ ਚੱਲ, ਉਹ ਵੀ ਮੋਨੀਟਰ ਕਰ ਰਿਹਾ ਸੀ, ਸੋ ਲੈਟਸ ਟਰਨ ਇਟ ਡਾਊਨ, ਐਵਰੀਥਿੰਗ ਇਜ਼ ਵਰਕਿੰਗ ਫਾਈਨ, ਸੋ ਰਿਕਾਰਡਿੰਗ ਇਜ਼ ਓਕੇ, ਐਵਰੀਥਿੰਗ ਇਜ਼ ਫਾਈਨ, ਸੋ ਵੀ ਆਰ ਆਲ ਸੈਟ, ਫਰਾਈਡੇ ਨੂੰ ਥੋੜੀ ਜਿਹਾ ਲੇਟ ਆਉਣਾ, ਸੋ ਇਸ ਕਰਕੇ ਥੋੜਾ ਲੇਟ ਰੱਖੀ ਦਾ ਪ੍ਰੋਗਰਾਮ। ਹੁਣ ਅਸੀਂ ਕੋਸ਼ਿਸ਼ ਇਹ ਕਰਨੀ ਕਿ ਸੈਟਰਡੇ ਸੰਡੇ ਕਰਿਆ ਕਰਾਂਗੇ, ਸੈਟਰਡੇ ਸੰਡੇ ਮੈਂ ਬਿਲਕੁਲ ਫ੍ਰੀ ਹੁੰਦਾ ਟੋਟਲੀ, ਕਿਉਂਕਿ 5 ਦਿਨ ਮੈਂ ਥੋੜਾ ਲੇਟ ਆਉਂਦਾ ਸ਼ਾਮ ਨੂੰ, ਸਾਡੇ ਹੁਣ ਸ਼ਾਮ ਹੈ ਨਾ, ਹੁਣ 8:10 ਹੋਏ ਆ, ਇਸ ਕਰਕੇ ਥੋੜਾ ਜਿਹਾ ਲੇਟ ਹੋ ਗਿਆ, ਤੇ ਬਾਕੀ ਜਿਹੜਾ ਮੈਂ ਪ੍ਰੋਗਰਾਮ ਕਰਨਾ ਉਹਨਾਂ ਨੂੰ ਬਾਅਦ 'ਚ ਟਾਈਮ ਦੇਵਾਂਗਾ, ਹੁਣ ਤੁਹਾਡਾ ਹੀ ਪ੍ਰੋਗਰਾਮ ਸ਼ੁਰੂ ਆ। ਸੋ ਸਭ ਤੋਂ ਪਹਿਲਾਂ ਤੁਸੀਂ ਇਹ ਦੱਸਣਾ, ਪਹਿਲਾਂ ਤਾਂ ਮੈਂ ਆਪਣੇ ਸਰੋਤਿਆਂ ਨੂੰ ਆਲਰੇਡੀ ਪਤਾ ਹੋਇਆ ਵੀ ਮੁਲਾਕਾਤ ਕਿਹਦੇ ਨਾਲ ਆ, ਆਰਬੀ ਸਿੰਘ ਦੇ ਨਾਲ ਮੁਲਾਕਾਤ ਹੈ ਤੁਹਾਡੀ, ਅੱਜ ਕੱਲ੍ਹ ਪੰਜਾਬੀ ਸਿੰਗਰ ਆਰਬੀ ਸਿੰਘ ਦੇ ਨਾਲ, ਟਾਈਮ ਸਾਡੇ ਕੋਲ ਥੋੜ੍ਹਾ ਆਇਆ ਸੀ, ਥੋੜ੍ਹਾ ਲੇਟ ਹੋ ਗਿਆ, ਤੇ ਤੁਹਾਡੇ ਕੋਲ ਸਿਰਫ 9 ਵਜੇ ਪਹਿਲਾਂ ਤੁਸੀਂ ਜਾਣਾ, ਕਿੰਨੇ ਵਜੇ ਜਾਣਾ, ਤਾਂ ਕਿ ਆਪਾਂ ਥੋੜ੍ਹਾ ਰੈਪ ਅਪ ਕਰੀਏ, ਕਿੰਨਾ ਟਾਈਮ ਹੈ ਤੁਹਾਡੇ ਕੋਲ, ਪੌਣਾ ਕੁ ਘੰਟਾ? ਓਕੇ ਚਲੋ ਠੀਕ ਹੈ, ਦੈਟਸ ਫਾਈਨ, ਤੇ ਮੈਂ ਹੁਣ ਜ਼ਿਆਦਾ ਟਾਈਮ ਨਹੀਂ ਲੈਂਦਾ, ਤੁਹਾਡੇ ਵੱਲੋਂ ਸ਼ੁਰੂ ਕਰਦਾ। ਤੁਸੀਂ ਸਭ ਤੋਂ ਪਹਿਲਾਂ ਤਾਂ ਇਹ ਦੱਸਣਾ ਸਾਡੇ ਸਰੋਤਿਆਂ ਨੂੰ ਵੀ ਤੁਸੀਂ ਕਿੱਥੇ ਜੰਮੇ ਪਲੇ, ਤੇ ਕਿੱਥੇ ਤੁਸੀਂ ਪ੍ਰਾਇਮਰੀ ਸਕੂਲ 'ਚ ਵਿੱਦਿਆ ਪ੍ਰਾਪਤ ਕੀਤੀ, ਉਹ ਤੋਂ ਬਾਅਦ ਕਦੇ ਹਾਈ ਸਕੂਲ ਵਗੈਰਾ ਗਏ ਹੋਣੇ ਆ,
ਕਿੱਥੇ ਪਹਿਲਾਂ ਤਾਂ ਆਪਣੀ ਵਿੱਦਿਆ ਬਾਰੇ, ਆਪਣੇ ਪਿੰਡ ਬਾਰੇ ਉਹ ਥੋੜ੍ਹੀ ਜਿਹੀ ਚਾਨਣਾ ਪਾ ਦਿਓ, ਉੱਥੋਂ ਸ਼ੁਰੂਆਤ ਕਰਦੇ ਹਾਂ। ਹਾਂਜੀ ਸ਼ੁਰੂ ਕਰੋ। ਥੋੜਾ ਫੋਨ ਨੂੰ ਲਾਗੇ ਰੱਖ ਲਓ, ਆਪਣੇ ਨੇੜੇ ਫੋਨ ਦੇ ਵਿੱਚ ਤੁਹਾਨੂੰ ਬੋਲਣਾ ਪੈਣਾ ਆਵਾਜ਼, ਤਾਂ ਕਿ ਤੁਹਾਡੀ ਪੂਰੀ ਆਵੇ, ਜਿਹੜਾ ਤੁਹਾਡਾ ਸੈੱਲ ਫੋਨ ਹੈ ਨਾ। ਹਾਂਜੀ ਉਹਨੂੰ ਥੋੜਾ ਲਾਗੇ ਰੱਖੋ ਤਾਂ ਕਿ ਤੁਹਾਡੀ, ਨਹੀਂ ਉਹ ਤੁਸੀਂ ਸੈੱਲ ਫੋਨ ਵੀ ਸਕ ਮੂੰਹ ਦੇ ਮੋਹਰੇ ਵੀ ਲੈ ਆਓ, ਕੋਈ ਗੱਲ ਨਹੀਂ, ਲਾਗੇ ਵੀ ਲੈ ਆਓ ਜਾਂ ਇੱਥੇ ਜੇਬ 'ਚ ਰੱਖ ਲਓ, ਇੱਥੇ ਤਾਂ ਇੱਥੇ ਰੱਖ ਲਓ ਨੇੜੇ, ਜੇ ਹੱਥ 'ਚ ਵੀ ਰੱਖ ਲਿਆ ਤਦ ਵੀ ਕੋਈ ਗੱਲ ਨਹੀਂ। ਆਪਾਂ ਲੋਕਾਂ ਨੂੰ ਦੱਸ ਦਿੱਤਾ ਵੀ ਸਾਨੂੰ ਅੱਜ ਸਮੱਸਿਆ ਹੈਗੀ ਆ, ਅਸੀਂ ਸਮੱਸਿਆ ਇਸ ਤਰੀਕੇ ਨਾਲ ਹੱਲ ਕੀਤੀ ਆ, ਫਿਊਚਰ 'ਚ ਪ੍ਰੋਬਲਮ ਨਹੀਂ ਆਊਗੀ, ਕੋਈ ਗੱਲ ਨਹੀਂ, ਹੁਣ ਠੀਕ ਹੈ। ਹਾਂਜੀ ਪੰਜਾਬੀ ਮੰਚ ਵੇਖਦੇ ਸਾਰੇ ਸਰੋਤਿਆਂ ਨੂੰ ਗੁੱਡ, ਮੇਰੇ ਵੱਲੋਂ ਜਾਣੀ ਕਿ ਅਰਜੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਥੈਂਕਸ ਕਰਦਾ ਪੂਰੀ ਟੀਮ ਦਾ, ਜਿੰਨਾ ਵੀ ਪੰਜਾਬੀ ਮੰਚ ਦੀ ਵੀ ਜਿਹੜਾ ਕੰਮ ਸਾਹਿਬ ਦਾ, ਜਿਹਨਾਂ ਨੇ ਸਪੈਸ਼ਲੀ ਅੱਜ ਉਪਰਾਲਾ ਕੀਤਾ ਕਿ ਅਮੈਰੀਕਾ ਤੋਂ ਬੈਠੇ ਇੰਡੀਆ ਮੈਂ ਜਲੰਧਰ ਵਿੱਚ ਬੈਠਾ, ਤੇ ਉਹਨਾਂ ਨੇ ਇੰਟਰਵਿਊ ਲਈ ਕਿਹਾ ਸੀਗਾ। ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਮੈਂ ਹੁਣੇ ਹੁਣੇ 2 ਮਹੀਨੇ ਪਹਿਲਾਂ ਹੀ ਆਪਣੀ ਐਲਬਮ ਰੋਇਲ ਪੰਜਾਬ ਪਹੁੰਚਾਂਗੇ। ਜਿੱਦਾਂ ਮੈਂ ਤੁਹਾਨੂੰ ਕੁਐਸਚਨ ਪੁੱਛਿਆ ਸੀ ਨਾ ਸ਼ੁਰੂਆਤ ਤੋਂ, ਥੋੜੀ ਭੂਮਿਕਾ ਦੱਸੋ ਨਾ ਸਾਡੇ ਸਰੋਤਿਆਂ ਨੂੰ, ਪਤਾ ਲੱਗੋ ਵੀ ਕਿੱਥੇ ਤੁਸੀਂ ਪੈਦਾ ਹੋਏ, ਕਿੱਥੇ ਤੁਸੀਂ ਪ੍ਰਾਇਮਰੀ ਵਿੱਦਿਆ ਪ੍ਰਾਪਤ ਕੀਤੀ, ਫਿਰ ਤੁਸੀਂ ਹਾਈ ਸਕੂਲ ਵਗੈਰਾ ਗਏ। ਪਹਿਲਾ ਸਵਾਲ ਤੁਹਾਨੂੰ ਇਹ ਹੈਗਾ। ਮੇਰਾ ਜਿਹੜਾ ਜਨਮ ਹੈ ਜੀ ਉਹ ਗੁਰਦਾਸਪੁਰ ਜ਼ਿਲ੍ਹੇ ਵਿੱਚ ਬਟਾਲੇ ਵਿੱਚ ਹੋਇਆ, 3 ਸਰਪੁਰਪੱਗਾ। ਅੱਛਾ ਜੀ। ਤੇ ਮੈਂ ਉੱਥੋਂ ਹੀ ਆਪਣੀ ਜਿਹੜੀ ਪ੍ਰਾਇਮਰੀ ਤੇ ਜਿਹੜੀ ਹਾਈ ਸਕੂਲ ਆ ਉੱਥੋਂ ਹੀ ਆਪਣੀ ਐਜੂਕੇਸ਼ਨ ਕੀਤੀ ਹੈ। ਨਾਲ ਨਾਲ ਮੈਂ ਤਕਰੀਬਨ 10 ਸਾਲ ਦੀ ਏਜ ਵਿੱਚ ਹੀ ਆਪਣੇ ਪਿੰਡ ਹੀ ਸੀਗੇ ਉਹਨਾਂ ਕੋਲ ਫੋਕ ਗਾਇਕੀ ਰਵਿੰਦਰ ਸਿੰਘ ਪਾਰਕ ਉਹਨਾਂ ਕੋਲੋਂ, ਤੇ ਨਾਲ ਭੰਗੜਾ, ਦੋਨੋਂ ਚੀਜ਼ਾਂ ਮੈਂ ਉਹਨਾਂ ਕੋਲੋਂ ਲਗਾਤਾਰ ਤਕਰੀਬਨ 10 ਤੋਂ 15 ਸਾਲ ਸਿੱਖੀਆਂ ਨੇ। ਆਪਣੀ ਪੜ੍ਹਾਈ ਮੁਕਾ ਕੇ ਉੱਥੇ ਆਪਣੀ ਮੁਲਾਕਾਤ ਉਹਦੇ ਆਸਟ੍ਰੇਲੀਆ ਦੇ ਹੋਈ ਸੀ, ਉਦੋਂ ਉੱਥੇ ਹੀ ਸੀਗੇ ਤੁਸੀਂ ਜਦੋਂ ਆਪਣੀ ਵਾਕਫੀਤ ਹੋਈ ਆ, ਪਹਿਲਾਂ ਜੁੜੇ ਆ ਫੇਸਬੁੱਕ ਆਏ। ਹਾਂਜੀ ਆਸਟ੍ਰੇਲੀਆ ਜਾ ਕੇ ਵੀ ਬਹੁਤ ਵਧੀਆ ਮੈਨੂੰ ਰਿਸਪੌਂਸ ਮਿਲਿਆ, ਉੱਥੇ ਵੀ ਜਾ ਕੇ ਕਾਫੀ ਸ਼ੋਅ ਕੀਤੇ ਆ, ਔਰ ਵਧੀਆ ਤਰੀਕੇ ਨਾਲ ਉੱਥੇ ਮੈਂ ਪਰਫੋਰਮ ਕੀਤਾ। ਉਸ ਤੋਂ ਬਾਅਦ ਮੈਨੂੰ ਇਨਵੀਟੇਸ਼ਨ ਇੰਗਲੈਂਡ ਤੋਂ ਆਇਆ, ਇੰਗਲੈਂਡ ਤੋਂ ਜੀ ਕੁਲਦੀਪ ਬਹਿਗਲ ਨੇ ਕਮਲ ਟੇ ਸੀ ਜੀ ਆ, ਫਿਰ ਉਹਨਾਂ ਨੇ ਮੇਰਾ ਪ੍ਰੋਗਰਾਮ ਬਣਾਇਆ ਉੱਥੇ ਇੰਗਲੈਂਡ ਆਉਣ ਦਾ। ਇੰਗਲੈਂਡ ਗਿਆ, ਇੰਗਲੈਂਡ ਜਾ ਕੇ ਮੈਂ ਪਰਫੋਰਮ ਕੀਤਾ ਤਕਰੀਬਨ ਰੇਡੀਓ ਤੇ ਯੂਨੀਵਰਸਿਟੀ, ਉਸ ਤੋਂ ਫਿਰ ਮੈਂ ਉਹਨਾਂ ਨੂੰ ਪ੍ਰਮੋਟ ਕਰਕੇ ਮੈਨੂੰ ਪ੍ਰਮੋਟਰ ਮਿਲੇ, ਉਹਨਾਂ ਨੇ ਮੇਰੀ ਐਲਬਮ ਕੀਤੀ ਔਰ ਪੰਜਾਬ। ਹਾਂਜੀ ਔਰ ਬਹੁਤ ਵਧੀਆ ਸਹਾਰਾ ਮਿਲਿਆ, ਇਹਦੇ ਵਿੱਚ ਪੰਜਾਬ ਸੌਂਗ ਹੈ, ਬਹੁਤ ਅੱਛਾ ਸੌਂਗ ਹੈ, ਪੰਜਾਬ ਪੰਜਾਬ ਨਾਲ ਰਿਲੇਟਡ ਹੈ, ਸਪੈਸ਼ਲੀ ਕਿ ਪ੍ਰਵਾਸੀਆਂ ਬਾਰੇ ਲਿਖਿਆ ਹੈ ਕਿ ਜਿਹੜੇ ਬਾਹਰਲੇ ਪ੍ਰਵਾਸੀ ਬੰਦੇ ਆ ਉਹ ਵੀ ਚੀਜ਼ਾਂ ਭਾਲਦੇ ਜੋ ਇੱਥੇ ਪੰਜਾਬ ਦੇ ਪਿੱਛੇ ਛੱਡ ਕੇ ਜਾਂਦੇ ਆ। ਸੋ ਇਹ ਜਿਹੜੀ ਐਲਬਮ ਹੈ ਇਹਦੇ ਵਿੱਚ ਤਕਰੀਬਨ ਹਰ ਇੱਕ ਵਰਗ ਦੇ ਹਰ ਇੱਕ ਏਜ ਨਾਲ ਸੰਬੰਧਿਤ ਰੱਖਣ ਵਾਲੇ ਸਰੋਤਿਆਂ ਨਾਲ ਇਹ ਗਾਣੇ ਸੰਬੰਧਿਤ ਨੇ, ਤੇ ਮੈਂ ਜ਼ਰੂਰ ਚਾਹੂੰਗਾ ਕਿ ਸਾਰੇ ਸਰੋਤੇ ਇਹਨਾਂ ਨੂੰ ਸੁਣਨ, ਤੇ ਮੈਨੂੰ ਅੱਗੋਂ ਕਰਨ ਵਾਲੇ ਹੋਰ ਪ੍ਰੇਰਕਾਂ ਬਾਰੇ ਵੀ ਫੀਡਬੈਕ। ਅੱਛਾ ਤੁਸੀਂ, ਤੁਹਾਨੂੰ ਇਹ ਜਿਹੜਾ ਸ਼ੌਕ ਜਾਗਿਆ ਤੇ ਉਹਦੇ ਵਿੱਚ ਕਦੋਂ ਜਾਗਿਆ, ਤੇ ਪਹਿਲਾਂ ਤੁਸੀਂ ਕਿਹੜਾ ਗਾਣਾ ਗਾਇਆ ਜਾਂ ਤੁਸੀਂ ਕੋਈ ਲਿਖਿਆ, ਆਪ ਲਿਖਦੇ ਵੀ ਆ, ਤੇ ਕੌਣ ਤੁਹਾਡਾ ਸਾਥ ਸੀ ਉਹਦੇ ਬਾਰੇ ਥੋੜਾ ਡਿਟੇਲ ਚ ਇਸ ਪੱਖ ਬਾਰੇ ਜਿਹੜਾ ਚਾਨਣਾ ਪਾਓ। ਬਚਪਨ ਦੀ ਗੱਲ ਹੈ, ਮੈਂ ਜਿੱਦਾਂ ਦੱਸ ਰਿਹਾ ਬਚਪਨ ਕਾਫੀ ਦੇਰ ਪਹਿਲਾਂ ਦੀ ਗੱਲ ਹੈ, ਕਿਉਂਕਿ ਜਿਹੜਾ ਪਹਿਲਾ ਗਾਣਾ ਤਕਰੀਬਨ ਫੋਕ ਹੀ ਗਾਈ ਹੋਈ ਸੀ, ਮਾਈਆ ਹੋ ਗਿਆ ਨਾ, ਰਾਈਟ ਰਾਈਟ ਯਾ, ਔਰ ਇਦਾਂ ਦੇ ਗਾਣੇ ਫੋਕ ਗਾਇਕੀ ਤੋਂ ਸ਼ੁਰੂ ਕੀਤਾ ਸੀਗਾ, ਔਰ ਫੋਕ ਗਾਇਕੀ ਹੀ ਉਦੋਂ ਸਿੱਖੀ ਮੈਂ, ਔਰ ਫੋਕ ਗਾਇਕੀ ਹੀ ਸ਼ੁਰੂ ਕੀਤੀ, ਜਿਹੜੀਆਂ ਚੀਜ਼ਾਂ ਗਾਈਆਂ ਹਨ ਜੀ, ਤੇ ਬਾਕੀ ਜਿਹੜੇ ਗਾਣੇ ਮੈਂ ਮਾਰੀ ਕਿਰਪਾ ਨਾਲ ਹੁਣ ਗਾਣੇ ਲਿਖਦਾ ਵੀ ਹਾਂ, ਤਕਰੀਬਨ ਐਲਬਮ ਵਿੱਚ ਮੇਰੇ 1 ਸੌਂਗ ਰਿਹਾ, 2 ਸੌਂਗ ਕਿਸੇ ਹੋਰ ਦਾ। ਅੱਛਾ, ਤੇ ਉਦੋਂ ਤੁਹਾਡੀ ਉਮਰ ਕਿੰਨੇ ਸਾਲਾਂ ਦੀ ਸੀ ਜਦੋਂ ਤੁਸੀਂ ਪਹਿਲਾਂ ਗਾਣਾ
ਗਾਇਆ ਜਾਂ ਗਾਉਣਾ ਸ਼ੁਰੂ ਕੀਤਾ ਜਾਂ ਸਾਨੂੰ ਇਹ ਸ਼ੌਂਕ ਜਾ ਗਿਆ? ਅੱਛਾ ਅੱਛਾ ਉਹ ਠੀਕ ਹੈ, ਦੈਟਸ ਗੁੱਡ ਏਜ। ਸਾਡੇ ਸਾਡੇ ਇਹ ਸਕੰਗ ਵੀ ਉਦੋਂ ਹੀ ਗਾਉਂਦਾ ਹੁੰਦਾ ਸੀ, ਉਸ ਉਮਰ 'ਚ ਅਸੀਂ ਸਕੂਲ 'ਚ ਪੜ੍ਹਦੇ ਹੁੰਦੇ ਸੀ ਉਦੋਂ, ਅਤੇ ਉਹ ਤਾਂ ਪ੍ਰਾਇਮਰੀ ਸਕੂਲ 'ਚ ਵੀ ਖੈਰ ਗਾਉਂਦਾ ਹੁੰਦਾ ਸੀ, ਅਤੇ ਹਾਈ ਸਕੂਲ 'ਚ ਫਿਰ ਚਲ ਗਿਆ ਉਦੋਂ ਵੀ ਗਾਉਂਦਾ ਹੀ ਰਿਹਾ। ਅੱਛਾ ਅੱਛਾ ਤੇ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਇਸ ਪਾਸੇ ਨੂੰ ਤੁਹਾਡਾ ਜਿਹੜਾ ਵਾਧਾ ਹੋਇਆ, ਫਿਰ ਤੁਸੀਂ ਕੁਛ ਹਾਂਜੀ ਮਤਲਬ ਸਟੇਜਾਂ ਤੇ ਜਾ ਕੇ ਤੁਸੀਂ ਖੁਦ ਗਾਉਂਦੇ ਰਹੇ ਆ, ਜਿੱਦਾਂ ਲਾਈਵ ਜਿਹਨੂੰ ਆਪਾਂ ਕਹਿੰਦੇ ਹਾਂ। ਤੇ ਉਹ ਮੈਂ ਗੱਲ ਇਸ ਕਰਕੇ ਪੁੱਛ ਰਿਹਾ, ਅਸੀਂ ਕੱਲ ਨੂੰ ਇੱਕ ਪ੍ਰੋਗਰਾਮ ਦੇ ਰਹੇ ਹਾਂ ਟੁਮਾਰੋ, ਉਹ ਕੱਲ ਸ਼ਾਮ ਨੂੰ ਇੰਡੀਆ ਟਾਈਮ ਦੇ ਮੁਤਾਬਕ 8 ਵਜੇ ਸ਼ੁਰੂ ਹੋਣਾ, ਉਹ ਵੀ ਘੰਟੇ ਦਾ ਸਾਡਾ ਪ੍ਰੋਗਰਾਮ ਹੋਊ। ਉਹ ਸਾਡਾ ਗੋਸ਼ਟੀ ਦਾ ਪ੍ਰੋਗਰਾਮ ਆ, ਉਹ ਸਾਡੇ ਇੱਕ ਪੰਜਾਬ 'ਚ ਇੱਕ ਦੋਸਤ ਨੇ ਸੁਝਾਅ ਦਿੱਤਾ ਸੀ। ਅੱਜ ਕੱਲ੍ਹ ਜਿਹੜੇ ਕਈ ਨਵੇਂ ਨਵੇਂ ਮੁੰਡੇ ਉੱਠਦੇ ਆ, ਉਹਨਾਂ ਨੂੰ ਲਿਖਣਾ ਗਾਉਣਾ ਤਾਂ ਵਿਚਾਰਿਆਂ ਨੂੰ ਬਹੁਤਾ ਆਉਂਦਾ ਨਹੀਂ, ਕੋਈ ਇੱਕ ਅੱਧਾ ਗਾਣੇ ਹੁੰਦਾ ਉਹਨਾਂ ਦੇ ਕੋਲ। ਉਹ ਅੱਜ ਕੱਲ੍ਹ ਰਿਵਾਜ਼ ਇਹ ਚੱਲਿਆ ਵੀ ਬੁੱਲੇ ਹੀ ਹਿਲਾਉਂਦੇ ਆ, ਫੇਕ ਜਿਹਾ ਗਾਉਂਦੇ ਆ ਉਹ। ਜੇ ਉਹਨਾਂ ਨੂੰ ਕਿਤੇ ਗਾਉਣ ਨੂੰ ਕਹਿ ਦਿਓ ਤਾਂ ਫੇਰ ਉਹ ਕਹਿੰਦੀ ਜੀ ਮੇਰੇ ਟਰੈਕ ਦੇਖ ਲਓ, ਮੇਰੇ ਟਰੈਕ ਸੁਣ ਲਓ। ਉਹ ਜਾਂ CD ਬਣਵਾ ਲੈਂਦੇ ਇੱਕ, ਜਾਂ ਫਿਰ ਵੀਡੀਓ ਬਣਾ ਲੈਂਦੇ ਆ। ਤੇ ਪਰ ਤੁਸੀਂ ਜਿਸ ਤਰ੍ਹਾਂ ਦੱਸ ਰਹੇ ਹੋ ਵੀ ਤੁਸੀਂ ਖੁਦ ਲਾਈਵ ਸਟੇਜਾਂ ਤੇ ਪਹਿਲਾਂ ਗਾਉਂਦੇ ਰਹੇ, ਅੱਗੇ ਵੀ ਤੁਸੀਂ ਦੱਸਿਆ ਸੀ ਵੀ ਖੁਦ ਸਟੇਜਾਂ ਤੇ ਜਾ ਕੇ ਸਕੂਲਾਂ 'ਚ ਜਾਂ ਦੂਜੇ ਫੰਕਸ਼ਨਾਂ ਦੇ ਵਿੱਚ ਵੀ, ਅਜੇ ਵੀ ਤੁਸੀਂ ਲਾਈਵ ਕਦੇ ਕਦੇ ਤੁਸੀਂ ਮੈਨੂੰ ਦੱਸਿਆ ਸੀ, ਕੱਲ ਵੀ ਜਦੋਂ ਆਪਣੀ ਗੱਲ ਹੋ ਰਹੀ ਸੀ ਕਿ ਲਾਈਵ ਤੁਸੀਂ ਅਜੇ ਵੀ ਗਾਉਂਦੇ ਆ। ਤੇ ਬਾਕੀ ਇਹ ਜਿਹੜਾ ਹੁਣ ਰੁਝਾਨ ਚੱਲਿਆ ਪੰਜਾਬ ਦੇ ਵਿੱਚ ਆਮ, ਇਹਦੇ ਬਾਰੇ ਤੁਹਾਡਾ ਕੀ ਖਿਆਲ ਆ? ਪਤਾ ਨੀ ਹੁਣ ਕੱਲ ਨੂੰ ਤੁਹਾਡੇ ਕੋਲ ਟਾਈਮ ਹੋਣਾ, ਜੇ ਟਾਈਮ ਹੋਇਆ ਤੇ ਤੁਸੀਂ ਜੁਆਇਨ ਵੀ ਕਰ ਸਕਦੇ ਆ ਸਾਡੀ ਉਸ ਮਹਿਫਲ ਦੇ ਵਿੱਚ ਵੀ, ਜਿਹੜੇ ਸਾਨੂੰ ਕੱਲ ਨੂੰ ਸਾਡਾ ਡਿਸਕਸ਼ਨ ਦਾ ਵਿਚਾਰ ਵਟਾਂਦੇ ਰਹੇ, ਗੋਸ਼ਟੀ ਦਾ। ਹਾਂਜੀ ਕੱਲ 8 ਵਜੇ ਸ਼ਾਮ ਨੂੰ ਹੋਣੀ ਆ, ਜੇ ਤੁਹਾਡੇ ਕੋਲ ਟਾਈਮ ਹੋਇਆ। ਹਾਂਜੀ ਤੁਹਾਡੇ ਇੰਡੀਆ ਦੇ 8 ਵਜੇ ਤੁਹਾਡੇ ਟਾਈਮ ਨਾਲ ਹੀ ਮੈਂ ਦੱਸ ਰਿਹਾ। ਤੁਹਾਡੀ ਈਵਨਿੰਗ ਨੂੰ 8 ਵਜੇ ਹੋਣੀ ਹੈ। ਉਹ ਨਹੀਂ ਐਤਵਾਰ ਨੂੰ, ਕੱਲ ਨੂੰ ਤਾਂ ਤੁਹਾਡੇ ਸਿਚਰ, ਹੁਣ ਤੁਹਾਡੇ ਕੀ ਹੈ? ਅੱਛਾ ਮੰਡੇ ਈਵਨਿੰਗ ਤੁਹਾਡੀ ਛੁੱਟੀ ਹੁੰਦੀ ਹੈ। ਸੰਡੇ ਈਵਨਿੰਗ ਅਸੀਂ ਸ਼ਾਇਦ ਫਰਾਈਡੇ, ਕਿਉਂਕਿ ਫਰਾਈਡੇ ਮੈਂ ਥੋੜ੍ਹਾ ਲੇਟ ਆਉਣਾ ਕਈ ਵਾਰੀ, ਅਸੀਂ ਸ਼ਾਇਦ ਹੁਣ ਇੱਕ ਸੈਟਰਡੇ ਕਰਿਆ ਕਰਾਂਗੇ, ਇੱਕ ਸੰਡੇ ਬਾਕੀ ਸਾਰਿਆਂ ਨੂੰ ਸਲਾਹ ਪੁੱਛ ਕੇ ਸਾਡਾ ਇਸ ਤਰ੍ਹਾਂ ਦਾ ਵਿਚਾਰ ਹੈਗਾ। ਹੁਣ ਅਸੀਂ ਇੱਕ ਫਰਾਈਡੇ ਕਰੀਦਾ ਤੇ ਇੱਕ ਹੁਣ ਸੰਡੇ ਸ਼ੁਰੂ ਕੀਤਾ ਥੋੜ੍ਹੇ ਦਿਨਾਂ ਤੋਂ, ਤੇ ਇੱਕੋ ਵਾਰੀ ਹਜੇ ਕੀਤਾ। ਉਹਦੇ 'ਚ ਸਾਰਿਆਂ ਦਾ ਵਿਚਾਰ ਇਹ ਆ ਕਿ ਇੰਡੀਆ ਵਾਲਿਆਂ ਨੂੰ ਸ਼ਾਮ ਦਾ ਟਾਈਮ ਜ਼ਿਆਦਾ ਸੂਟ ਕਰਦਾ, ਸੈਟਰਡੇ ਦਾ ਜਾਂ ਸੰਡੇ ਦਾ। ਤੇ ਅੱਗੇ ਅਸੀਂ ਸਵੇਰ ਦਾ ਟਾਈਮ ਉਹਨਾਂ ਨੂੰ ਦੇਈਦਾ ਸੀ, ਇੱਧਰ ਮੇਰੇ ਵਾਸਤੇ ਸ਼ਾਮ ਦਾ ਟਾਈਮ ਹੁੰਦਾ ਸੀ। ਤੇ ਹੁਣ ਇਹ ਆ ਵੀ ਮੈਂ ਜੇ ਥੋੜ੍ਹਾ ਅਰਲੀ ਉੱਠਾਂ ਤੇ ਉਹਨਾਂ ਨੂੰ ਸ਼ਾਮ ਦਾ ਟਾਈਮ ਮਿਲ ਜਾਵੇ, ਉਹ ਕਹਿੰਦੇ ਜੀ ਸਾਨੂੰ ਜ਼ਿਆਦਾ ਸੂਟ ਕਰਦਾ, ਮੈਂ ਤਾਂ ਤੁਹਾਨੂੰ ਦੱਸ ਰਿਹਾ। ਤੇ ਚਲੋ ਕੋਈ ਨਹੀਂ, ਉਹ ਤਾਂ ਉਹ ਸਾਰਿਆਂ ਦੇ ਨਾਲ ਸਲਾਹ ਕਰ ਲਵਾਂਗੇ ਹੌਲੀ ਹੌਲੀ, ਫਿਰ ਜਦੋਂ ਕੋਈ ਤਬਦੀਲੀ ਕਰਨੀ ਹੋਈ, ਕੋਈ ਰੱਦੋ ਬਦਲ ਉਹਦੇ 'ਚ ਕਰਨੀ ਹੋਈ ਟਾਈਮ ਦੀ, ਉਹ ਫਿਰ ਕੀਤੀ ਜਾ ਸਕਦੀ ਹੈ। ਤੇ ਬਾਕੀ ਆਹ ਜਿਹੜੀ ਤੁਹਾਡੀ ਹੁਣ ਐਲਬਮ ਬਣਾਈ ਆਈ ਆ, ਤੇ ਇਹਦੇ ਬਾਰੇ ਥੋੜ੍ਹੀ ਜਿਹਾ ਚਾਨਣਾ ਪਾਓ, ਇਹਦੇ ਬਾਰੇ ਦੱਸੋ ਵੀ ਇਹ ਐਲਬਮ ਜਿਹੜੀ ਸ਼ੂਟ ਕੀਤੀ ਆ, ਤੁਸੀਂ ਕਿੱਥੇ ਸ਼ੂਟ ਕੀਤੀ ਆ, ਕਿਹਨੇ ਸ਼ੂਟ ਕੀਤੀ ਆ? ਤੇ ਅੱਜ ਕੱਲ੍ਹ ਕਿਉਂਕਿ ਮੁੰਡੇ ਐਲਬਮ ਇਸ ਤਰ੍ਹਾਂ ਦੀਆਂ ਸ਼ੂਟ ਕਰਦੇ ਨੇ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ, ਤੇ ਅੱਜ ਕੱਲ੍ਹ ਰਿਵਾਜ਼ ਇਹਨਾਂ ਦੇ ਬਹੁਤਾ ਆ ਰਿਹਾ। ਉਹਨਾਂ ਦੇ ਕੋਲ ਬੇਸ਼ੱਕ ਬਹੁਤਾ ਕੁਛ ਨਹੀਂ ਹੁੰਦਾ, ਇੰਨਾ ਟੈਲੈਂਟ ਵੀ ਨਹੀਂ ਹੁੰਦਾ, ਇਹੋ ਜਿਹੀਆਂ ਐਲਬਮਾਂ ਦੇ ਉੱਤੇ ਅੱਜ ਕੱਲ੍ਹ ਕਿੰਨਾ ਖਰਚਾ ਆ ਜਾਂਦਾ ਪੰਜਾਬ ਦੇ ਵਿੱਚ, ਜਿਹੜਾ ਹੁਣ ਇਹ ਰਿਵਾਜ਼ ਚੱਲਿਆ। ਦੇਖੋ ਜੀ, ਮੈਂ ਹੁਣ ਜਿੱਦਾਂ ਕਹਿ ਰਿਹਾ, ਮੈਂ ਸਟੈਪ ਬਾਏ ਸਟੈਪ ਸ਼ੁਰੂ ਕੀਤੀ ਸੀ ਸਿੰਗਿੰਗ, ਤੇ ਮੈਨੂੰ ਸਟੈਪ ਬਾਏ ਸਟੈਪ ਹੀ ਅੱਗੋਂ ਪਲੇਟਫਾਰਮ ਮਿਲਦੇ, ਭਾਵੇਂ ਲੇਟ ਮਿਲਦੇ ਰਹੇ ਪਰ ਮੈਨੂੰ ਪਲੇਟਫਾਰਮ ਮਿਲਦੇ ਰਹੇ। ਹੁਣ ਵੀ ਮੈਂ ਜਦੋਂ ਮੈਂ ਤਕਰੀਬਨ ਤਿਆਰ ਹੋ ਗਿਆ ਸੀਗਾ ਐਲਬਮ ਲਈ, ਅੱਜ ਤੋਂ 10-15 ਸਾਲ ਪਹਿਲਾਂ, ਮੈਂ ਉਦੋਂ ਵੀ ਐਲਬਮ ਕਰ ਸਕਦਾ ਸੀਗਾ ਕਿਉਂਕਿ ਮੈਂ ਬੰਬੇ ਤੋਂ ਵਿਨਰ ਸੀਗਾ, ਆਓ ਸਾਰੇ ਦਾ ਪ੍ਰੋਗਰਾਮ ਸੀਗਾ, ਇੱਕ ਉਸ ਤੋਂ ਵਿਨਰ ਸੀਗਾ, ਤੇ
ਮੈਨੂੰ ਉਦੋਂ ਕੰਪਨੀ ਨੇ ਕਿਹਾ ਸੀਗਾ ਤੁਹਾਡੀ ਐਲਬਮ ਕਰਾਂਗੇ ਜੇ ਜਿੱਤੋਗੇ ਆਪਾਂ ਜਿੱਤੇ ਔਰ ਉਦੋਂ ਫਿਰ ਕੰਪਨੀ ਨਾਲ ਕੁਛ ਡਿਸਪਿਊਟ ਹੋ ਗਿਆ ਪਤਾ ਕੀ ਹੋ ਗਿਆ ਉਹਨਾਂ ਨੇ ਐਲਬਮ ਨਹੀਂ ਕੀਤੀਆਂ ਜੀ ਫਿਰ ਮੈਂ ਫਿਰ ਇਹ ਟ੍ਰੈਂਡ ਚੱਲ ਰਿਹਾ ਤੁਸੀਂ ਆਪਣੇ ਪੈਸੇ ਲਾਓ ਆਪਣੀ ਵੀਡੀਓ ਬਣਾਓ ਫਿਰ ਜਾ ਕੇ ਤੁਸੀਂ ਮਤਲਬ ਲਾਸਟ ਤੇ ਜਾ ਕੇ ਤੁਹਾਨੂੰ ਐਡ ਵੀ ਆਪਣੀ ਕਰਨੀ ਪੈ ਰਹੀ ਅੱਜ ਦੇ ਦਿਨ ਚ ਮਤਲਬ ਬਹੁਤ ਖਰਚਾ ਆ ਰਿਹਾ ਬਹੁਤ ਇਸ ਲੋਕ ਪੈਸੇ ਕਰਦੇ ਚੁੱਕ ਚੁੱਕ ਕੇ ਐਲਬਮ ਕਰ ਰਹੇ ਆ ਆਈ ਡੋਂਟ ਨੋ ਵਾਟ ਇਟ ਇਜ਼ ਆਈ ਡੋਂਟ ਨੋ ਇਹ ਉਹ ਕਿੱਦਾਂ ਕਰ ਰਹੇ ਆ ਮੈਨੂੰ ਜੀ ਮੈਨੂੰ ਪਤਾ ਨਹੀਂ ਪਰ ਮੈਂ ਲੱਗੀ ਆ ਕਿ ਮੈਂ ਅੱਜ ਦੇ ਦੌਰ ਦੇ ਵਿੱਚ ਮੈਨੂੰ ਇੱਕ ਵਿਜ਼ਟਰ ਵੀਜ਼ਾ ਜਾਣ ਦਾ ਮੌਕਾ ਮਿਲਿਆ ਸੀ ਇੰਗਲੈਂਡ ਔਰ ਉੱਥੇ ਮੈਨੂੰ ਮੈਂ ਜੋ ਲਾਈਵ ਰੇਡੀਓ ਤੇ ਗਾਇਆ ਹਰਮੋਨੀਅਮ ਨਾਲ ਲਾਈਵ ਬਹੁਤ ਲੋਕ ਪਸੰਦ ਕਰਦੇ ਹਰਮੋਨੀਅਮ ਨਾਲ ਲਾਈਵ ਗਜ਼ਲ ਗਾਓ ਜਾਂ ਗੋ ਗਾਓ ਕੁਛ ਵੀ ਗਾਓ ਲੋਕ ਬਹੁਤ ਪਸੰਦ ਕਰਦੇ ਆ ਤੇ ਮੈਨੂੰ ਉੱਥੇ ਪ੍ਰਮੋਟਰਸ ਮਿਲੇ ਜਿਹੜੇ ਗਾਣੇ ਰੈਡੀ ਸੀਗੇ ਉਹਨਾਂ ਨੇ ਹਾਂਜੀ काफी देर तो गाने मैं पहला भी दसिया थोड़ी जी आप अगे भी गल अपनी हो चुकी कल भी हुई कि तुसी देर तो गा रहे हो तुहानू देर तो शौक है मैं असि उन्हां लोकां दी गल कर रहे हैं वह जिहड़ा साडे दोस्तां ने सुझाव रखिया सी कि आपां उन्हां बारे गल करिए जिहड़े मुंडे अजकल नवे नवे उठ रहे हैं ना जिन्हां ने जिंदगी च कदे गाया ही नहीं ਜਿਹਨਾਂ ਦੇ ਕੋਲ ਇੱਕੋ ਹੀ ਗਾਣਾ ਜਾਂ ਉਹਨੇ ਇੱਕ ਗਾਣਾ ਲਿਖ ਲਿਆ ਆਪ ਜਾਂ ਕਿਸੇ ਤੋਂ ਇੱਕ ਲੈ ਲਿਆ ਅਧਾਰਾ ਇੱਕੋ ਹੀ ਗਾਣਾ ਹੈ ਉਹਨਾਂ ਦੇ ਕੋਲ ਉਹਦੇ ਤੇ ਹੀ ਉਹ ਇੱਕ ਸੋਲੋ ਕੱਢਦੇ ਨੇ ਇੱਕ ਐਲਬਮ ਬਣਾਉਂਦੇ ਨੇ ਉਹਦੇ ਤੇ 25-30 ਹਜ਼ਾਰ ਤੋਂ ਲੈ ਕੇ 50 ਹਜ਼ਾਰ ਤੱਕ ਉਹ ਖਰਚ ਕਰਦੇ ਨੇ 20-25 ਹਜ਼ਾਰ ਤਾਂ ਉਹ ਮਿਊਜ਼ਿਕ ਬਣਾਉਣ ਤੇ ਹੀ ਖਰਚ ਕਰ ਦਿੰਦੇ ਜੇ ਵੀਡੀਓ ਵੀ ਬਣਾਉਣੀ ਹੈ ਨਾਲ ਉਹਦੀ ਫਿਰ 50 ਹਜ਼ਾਰ ਤੇ ਕੰਮ ਚੱਲ ਜਾਂਦਾ ਮੈਂ ਉਹਨਾਂ ਲੋਕਾਂ ਦੀ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਬਾਰੇ ਅਸੀਂ ਵਿਚਾਰ ਵਟਾਂਦਰਾ ਕੱਲ ਨੂੰ ਕਰਨਾ ਵੀ ਇਹ ਜਿਹੜਾ ਟ੍ਰੈਂਡ ਆ ਇਹ ਪੰਜਾਬੀ ਗਾਇਕੀ ਨੂੰ ਕਿੱਥੇ ਲੈ ਕੇ ਜਾਊਗਾ ਉਹਦਾ ਕੋਈ ਕੀ ਫਾਇਦਾ ਹੋਊਗਾ ਉਸ ਬੰਦੇ ਨੂੰ ਵੀ ਕੋਈ ਫਾਇਦਾ ਨਹੀਂ ਹੋਣਾ ਪੰਜਾਬੀ ਗਾਇਕੀ ਨੂੰ ਵੀ ਉਹਦਾ ਕੋਈ ਫਾਇਦਾ ਨਹੀਂ ਹੋਣਾ ਰਾਈਟ ਕਿਉਂਕਿ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਜੋ ਅੱਜ ਦਾ ਦੌਰ ਹੈ ਜਿੱਦਾਂ ਦੇ ਥੀਮ ਪਹਿਲੀ ਗੱਲ ਤੇ ਗਾਣੇ ਲਿਖੇ ਜਾ ਰਹੇ ਮਾਰ ਧਾਰ ਬਾਰੇ ਨਸ਼ਿਆਂ ਬਾਰੇ ਹਾਂਜੀ ਜਾਂ ਆਪਾਂ ਅੱਜ ਚਰਚਾ ਚ ਮੈਂ ਅੱਜ ਕੱਲ ਸਿੱਟੀ ਗੱਲ ਮੈਂ ਕਹਿਣਾ ਚਾਹੂੰਗਾ ਸਿੱਟੀ ਗੱਲ ਦਾ ਗਾਣਾ ਵੀ ਚਰਚਾ ਚ ਜਿੱਦਾਂ ਕਿ ਧਾਰਮਿਕ ਭਾਵਨਾ ਨੂੰ ਦੇਸ਼ ਬਚਾਉਣ ਵਾਲੇ ਔਰ ਲੋਕਾਂ ਦੀਆਂ ਜਿੱਦਾਂ ਧੀਆਂ ਭੈਣਾਂ ਦੇ ਬੁਲਕ ਜੋ ਮੈਸੇਜ ਵਗੈਰਾ ਗਾਣਾ ਵਿੱਚ ਬਹੁਤ ਜ਼ਿਆਦਾ ਖਤਰਨਾਕ ਹੈ ਆਪਣੀ ਆਉਣ ਵਾਲੀ ਪੀੜ੍ਹੀ ਲਈ ਆਪਣੇ ਪੰਜਾਬੀ ਸੱਭਿਆਚਾਰ ਲਈ ਆਪਣੀ ਪੰਜਾਬੀ ਬੋਲੀ ਲਈ ਬਿਲਕੁਲ ਉਹਦਾ ਉਪਰਾਲਾ ਇਹ ਹੈ ਵੀ ਤੁਸੀਂ ਉਹਨਾਂ ਦੇ ਉਹਨਾਂ ਦੀ ਮੁਖਾਲਫਤ ਕਰਦਾ ਹੋਇਆ ਉੱਦਾਂ ਦਾ ਸਾਹਿਤ ਰਚੋ ਔਰ ਉੱਦਾਂ ਦੇ ਗੀਤ ਗਾਓ ਜਿਹੜਾ ਇਹੋ ਜਿਹੇ ਲਾਣੇ ਦੀ ਉਹਨਾਂ ਨੂੰ ਐਕਸਪੋਜ਼ ਕਰੇ ਜਿਵੇਂ ਕਿ ਤੁਸੀਂ ਮੇਰੀ ਸੀਡੀ ਸੁਣੋਗੇ ਜਾਂ ਤੁਸੀਂ ਮੇਰੇ ਗਾਣੇ ਸੁਣੋਗੇ ਜਾਂ ਵੀਡੀਓ ਦੇਖੋਗੇ ਤੁਹਾਨੂੰ ਉਹਦੇ ਵਿੱਚ ਇਦਾਂ ਦਾ ਕੁਝ ਨਹੀਂ ਲੱਭੇਗਾ ਜੋ ਹਾਂ ਤੁਹਾਡੀ ਆ ਜਿਹੜੀ ਵੀਡੀਓ ਸੀ ਤੁਸੀਂ ਮੈਨੂੰ ਰਿਕਮੈਂਡ ਕੀਤੀ ਸੀ ਉਹ ਵੀਡੀਓ ਮੈਂ ਤੁਹਾਡੀ 2 ਵਾਰੀ ਸੁਣੀ ਸੁਣਨ ਤੋਂ ਬਾਅਦ ਹੀ ਫਿਰ ਤੁਹਾਨੂੰ ਆ ਇੰਟਰਵਿਊ ਵਾਸਤੇ ਟਾਈਮ ਦਿੱਤਾ ਨਾ ਕਿਉਂਕਿ ਉਹ ਦੈਟ ਇਜ਼ ਵੈਰੀ ਨਾਈਸ ਵੈਰੀ ਇੰਪ੍ਰੈਸਿਵ ਉਹ ਪੰਜਾਬ ਬਾਰੇ ਜਿਹੜੀ ਤੁਸੀਂ ਲਿਖੀ ਹੈ ਨਾ ਪਹਿਲਾਂ ਵਰਗਾ ਪੰਜਾਬ ਮੈਨੂੰ ਹਰ ਬੰਦਾ ਲੋਚ ਰਿਹਾ ਹਾਂਜੀ ਇੰਗਲੈਂਡ ਵੀ ਆਸਟ੍ਰੇਲੀਆ ਵੀ ਚੈਨਲ ਨੇ ਵੀ ਸਿੱਖ ਚੈਨਲ ਨੇ ਵੀ ਮਤਲਬ ਬਹੁਤ ਵਧੀਆ ਉਹਨਾਂ ਨੇ ਰਿਸਪੌਂਸ ਦਿੱਤਾ ਹਾਂਜੀ ਤੇ ਮੈਂ ਇੱਥੋਂ ਦਾ ਮੀਡੀਆ ਤੇ ਮੈਨੂੰ ਕਹਿ ਰਿਹਾ ਸੀ ਪੈਸੇ ਦਿਓ ਜੀ ਆਪਾਂ ਸਾਡਾ ਫੇਰ ਵੀ ਜੀ ਚਲਾਉਂਦੇ ਮੈਂ ਚਲਾਇਆ ਨਹੀਂ ਹਾਂਜੀ ਇੱਕ ਚੜ੍ਹਦੀ ਕਲਾ ਨੇ ਉਹਨਾਂ ਨੇ ਇੱਥੇ ਚਲਾਇਆ ਔਰ 1 ਮਹੀਨਾ ਚਲਾਇਆ ਗਾਣਾ ਬਹੁਤ ਵਧੀਆ ਰਿਸਪੌਂਸ ਮਿਲਿਆ ਮਤਲਬ ਮੈਂ ਮੇਰੀ ਜੋ ਸੋਚ ਹੈ ਮੈਂ ਸਾਫ਼ ਸੁਥਰੀ ਗਾਇਕੀ ਔਰ ਜਿੱਦਾਂ ਦਾ ਮੈਂ ਆਪਣੇ ਜਿੱਦਾਂ ਦਾ ਗਾਣਾ ਲਿਖਿਆ ਹਾਂਜੀ ਪੰਜਾਬ ਦੀ ਹਾਲਤ ਬਾਰੇ ਰਾਈਟ ਜੋ ਪੰਜਾਬ ਦੀ ਉਹਦੇ ਬਾਰੇ ਹਨਾ ਉਹਦਾ ਦੇ ਗਾਣੇ ਜਾਂ ਕੁਝ ਵਧੀਆ ਮੈਸੇਜ ਜਿਹੜੇ ਦਿੱਤੇ ਨਾ ਫਿਰ ਪੰਜਾਬੀ ਸੱਭਿਆਚਾਰ ਨੂੰ ਉਦਾਂ ਦੇ ਗਾਣੇ ਗਾਉਣਾ ਪਸੰਦ ਕਰਾਂਗਾ ਹਾਂਜੀ ਪਰ ਮੈਂ ਇਹੀ ਕਹੂੰਗਾ ਕਿ ਜਿਹੜੇ ਅੱਜ ਦੀ ਗਾਇਕ ਹੈ ਜਾਂ ਰਾਈਟਰਸ ਨੇ ਡਿਪੈਂਡ ਕਰਦਾ ਕਿ ਉਹ ਕਿੱਦਾਂ ਦਾ ਲਿਖਦੇ ਨੇ ਕਿੱਦਾਂ ਦਾ ਬੋਲਦੇ ਨੇ ਹਨਾ ਔਰ ਕਿੱਦਾਂ ਦਾ ਸਿੰਗਰ ਗਾਉਂਦੇ ਨੇ ਪਹਿਲੀ ਗੱਲ ਤੇ ਉਹ ਸਿੰਗਰ ਜਿਹੜੇ ਮੋਸਟਲੀ ਨੇ ਸਿੱਖਦੇ ਨਹੀਂ ਆ ਤਾਂ ਉਹਨਾਂ ਨੂੰ ਗਾਣਾ ਤਾਂ ਦਿਨੋ ਦਿਨ ਨਾਈਟ ਬਾਏ ਮਤਲਬ ਬਾਈ ਨਾਈਟ ਆਪਾਂ ਸਟਾਰ ਬਣ ਜਾਈਏ ਹਾਂਜੀ ਸਿੱਖਦੇ ਹਾਂ ਆਹੀ ਗੱਲ ਆ ਸਿੱਖਦੇ ਨਹੀਂ ਆ ਕੋਈ ਗੋਣਾ ਸਿੱਖਦੇ ਨਹੀਂ ਆ ਜੇ ਹੁਣ ਮੂੰਹ ਲਾ ਕੇ ਗਾਉਣਾ ਕੈਮਰੇ ਦੇ ਮੂਹਰੇ ਖੜ ਕੇ ਬਾਅਦ ਚ ਪਿੱਛੇ ਫੋਟੋਆਂ ਪਾ ਦੇਣੀ ਹੈ ਜਾਂ ਵੀਡੀਓ ਪਾ ਲੈਣੀ ਹੈ ਐਨੀ ਬੜੀ ਕੂਨ ਡੂ ਦੇਖੋ ਅਸੀਂ ਸਿੰਗਰ ਨਹੀਂ ਅਸੀਂ ਸਿਰਫ ਰਾਈਟਰ ਹਾਂ ਅਸੀਂ ਲਿਖਦੇ ਹਾਂ ਰਾਈਟ ਤੇ ਉਦਾਂ ਮਾੜੀ ਮੋਟੀ ਕਵਿਤਾ ਤਾਂ ਪੜ੍ਹ ਲਈਦੀ ਹਰ ਬੰਦਾ ਆਪਣੀ ਲਿਖੀ ਕਵਿਤਾ ਪੜ੍ਹਦਾ ਪਰ ਅਸੀਂ ਸਿੰਗਰ ਸਿੰਗਰ ਚ ਨਹੀਂ ਆਉਂਦੇ ਰਾਈਟ ਸਾਰਾ ਇਲੈਕਟ੍ਰੋਨਿਕ 뮤직 ਆ ਉਹ ਜੀ ਤੁਸੀਂ ਹਾਰਮੋਨੀਅਮ ਤੇ ਗਾ ਲਓ ਹਾਰਮੋਨੀਅਮ ਦਾ ਉਹਨਾਂ ਨੂੰ ਪਤਾ ਨਹੀਂ ਨਾ ਹਾਰਮੋਨੀਅਮ ਤੇ ਗਾ ਦੇ ਤਾਂ ਨਾ ਹਾਰਮੋਨੀਅਮ ਤੋਂ ਬਿਨਾਂ ਹੀ ਗਾ ਸਕਦੇ ਰਾਈਟ ਤੇ ਉਹੀ ਉਹੀ ਮੈਂ ਉਹੀ ਗੱਲ ਕਰ ਰਿਹਾ ਵੀ ਜਿਹੜੀ ਉਸ ਟਾਈਪ ਦੀ ਗਾਇਕੀ ਆ ਉਹ ਇੰਨਾ ਪੈਸਾ ਖਰਚ ਕੇ ਜੇ ਤੁਸੀਂ 25 ਹਜ਼ਾਰ ਤੋਂ ਲੈ ਕੇ ਜੇ ਆਡੀਓ ਬਣਾਉਣੀ ਇਕੱਲੀ ਜਾਂ ਵੀਡੀਓ ਬਣਾਉਣੀ 50 ਹਜ਼ਾਰ ਖਰਚਣਾ ਆਡੀਓ ਐਂਡ ਵੀਡੀਓ ਟੁਗੈਦਰ ਤੇ ਉਹਦੇ ਤੇ ਫਿਰ ਤੁਹਾਨੂੰ ਇੱਕ ਅੱਧਾ ਦਿਖਾਣਾ ਤੁਸੀਂ ਦੋ ਕੱਢ ਜਾਓਗੇ ਬੜੀ ਹੱਦ 2 ਸੋਲੋ ਆ ਜਾਓਗੇ
ਉਹਦੇ ਨਾਲ ਕੀ ਹੋਊਗਾ ਉਹ ਕਹਿੰਦੇ ਬੜੀ ਹੱਦ ਇਹ ਆ ਵੀ ਕਿਸੇ ਨੂੰ ਜੇ ਕਿਸੇ ਕੁੜੀ ਨੂੰ ਇੰਪ੍ਰੈਸ ਕਰਨਾ ਵੀ ਵਿਆਹ ਵੂ ਹੋ ਜੂ ਇੰਨਾ ਕੰਮ ਹੋ ਜੂ ਉਹ ਤੋਂ ਬਾਅਦ ਫਿਰ ਸਿੰਗਰ ਤਾਂ ਉਹਨੇ ਨਹੀਂ ਬਣਨਾ ਸਿੰਗਰ ਤੇ ਜਿਹੜਾ ਬੰਦਾ ਆਲਰੇਡੀ ਹੈਗਾ ਉਹ ਤੇ ਹੈਗਾ ਹੀ ਹੈ ਨਾ ਉਹ ਤੇ ਚਾਹੇ ਕੈਮਰੇ ਦੇ ਸਾਹਮਣੇ ਖੜ ਕੇ ਗਾ ਦੇਵੇ ਚਾਹੇ ਉਹ ਰਿਕਾਰਡਿੰਗ ਕਰਾ ਲਵੇ ਪ੍ਰੋਫੈਸ਼ਨਲ ਤਰੀਕੇ ਨਾਲ ਜਿਹੜਾ ਬੰਦਾ ਸਿੰਗਰ ਹੈ ਉਹ ਤੇ ਸਿੰਗਰ ਹੈਗਾ ਹੀ ਹੈ ਕਿਉਂਕਿ ਤੁਸੀਂ ਜਿੱਦਾਂ ਹੁਣ ਕਾਫੀ ਦੇਰ ਤੋਂ ਗਾਉਂਦੇ ਆ ਰਹੇ ਆ ਹੁਣ ਆਪਣੇ ਅੱਜ ਤੱਕ ਜਿੰਨੇ ਸਿੰਗਰ ਸਨ ਉਹ ਸਾਰੇ ਲਾਈਵ ਹੀ ਗਾਉਂਦੇ ਸੀ ਨਾ ਪਹਿਲਾਂ ਹੁਣ ਗੁਰਦਾਸ ਮਾਨ ਨੇ ਲਾਈਵ ਗਾਇਆ ਤੇ ਆਪਣੇ ਸੁਰਿੰਦਰ ਸ਼ਿੰਦਾ ਮੁਹੰਮਦ ਸਦੀਕ ਰਾਈਟ ਤੇ ਕੁਲਦੀਪ ਮਾਣਕ ਸਾਰੇ ਲਾਈਵ ਹੀ ਗਾਉਂਦੇ ਸੀ ਉਹਨਾਂ ਤੋਂ ਚਾਹੇ ਰਿਕਾਰਡ ਦੂਜੇ ਤਰੀਕੇ ਨਾਲ ਪ੍ਰੋਫੈਸ਼ਨਲ ਵੀ ਬਣਾ ਲਓ ਪਰ ਜੇ ਉਹਨਾਂ ਨੂੰ ਸਟੇਜ ਤੇ ਸਿੱਧੇ ਵੀ ਖੜੇ ਕਰ ਦਿਓਗੇ ਤੁਸੀਂ ਕੈਮਰੇ ਸਾਹਮਣੇ ਉਹਨਾਂ ਨੇ ਤਾਂ ਵੀ ਪੂਰੀ ਤਰ੍ਹਾਂ ਲਵਾ ਦੇਣਾ ਤਾਂ ਵੀ ਗਾ ਦੇਣਾ ਰਾਈਟ ਇਸ ਤਰ੍ਹਾਂ ਤਾਂ ਫਿਰ ਗਾਇਕੀ ਬਰਕਰਾਰ ਰਹਿ ਸਕਦੀ ਆ ਤੇ ਇਹਦੇ ਦਾ ਬਹੁਤ ਮਹਿੰਗਾ ਹੋ ਗਿਆ ਕੰਮ ਹੁਣ ਤੁਸੀਂ 25,000-30,000 ਨਹੀਂ ਕਰਾ ਰਹੇ ਜੇ ਤੁਸੀਂ ਚੰਗਾ 뮤직 ਕਰਾਉਣਾ ਤਾਂ 100,000 ਰੁਪਏ ਆਡੀਓ 뮤직 ਵਾਲਾ ਇੱਥੇ ਨਹੀਂ ਨਹੀਂ ਉਹ ਚਲੋ ਜਿਹੜੇ ਨਵੇਂ ਨਵੇਂ ਮੁੰਡੇ ਉੱਠਦੇ ਆ ਜਿਹੜੇ ਹੁਣ ਬੁੜੇ ਦੀ ਜ਼ਮੀਨ ਕਹਿੰਦੇ ਵੀ ਗਹਿਣੇ ਕਰਕੇ ਇੱਕ ਮੈਂ ਸੋਲੋ ਕਰਾਉਣੀ ਹੈ ਉਹ 50,000 ਚ ਫੇਰ ਕਰਾਉਂਦੇ ਆ ਅੱਜ ਕੱਲ 25,000 ਚ 뮤직 25,000 ਚ ਫੋਟੋ ਮਤਲਬ ਫੋਟੋ ਫੋਟੋ ਲੱਗ ਜਾਂਦੀਆਂ ਵਿੱਚ ਵੀਡੀਓ ਵੀਡੀਓ 50,000 ਦੇ ਕੇ ਉਹਨਾਂ ਦਾ ਇੱਕ ਆ ਜਾਂਦਾ ਸੋਲੋ ਇੱਕ ਅੱਧਾ ਹੋਰ ਕੱਢ ਦਿੰਦੇ ਆ 100,000 ਚ ਚਲੋ ਸਰ ਗਿਆ ਉਹ ਤੋਂ ਬਾਅਦ ਫਿਨਿਸ਼ ਹੈ ਉਹ ਬੰਦੇ ਉਹਦਾ ਫਾਇਦਾ ਕੀ ਆ ਉਹ ਇੱਕ ਲਹਿਰ ਆ ਹੁਣ ਪੰਜਾਬ ਚੱਲੀ ਹੋਈ ਰਾਈਟ ਆਪਣੇ ਆਪ ਚ ਦੇਖੋ ਉਹਦਾ ਫਾਇਦਾ ਫੇਰ ਨੀ ਉਹਨਾਂ ਨੂੰ ਹੋਣਾ ਜੇ ਤਾਂ ਉਹਨਾਂ ਦੇ ਕੋਈ ਟੈਲੈਂਟ ਗਾਉਣ ਦਾ ਆ ਫੇਰ ਤਾਂ ਉਹ ਕਿਤੇ ਸਟੇਜਾਂ ਤੇ ਜਾ ਕੇ ਗਾ ਸਕਦੇ ਆ ਉਹਨਾਂ ਨੂੰ ਕੋਈ ਬੰਦਾ ਹਾਇਰ ਵੀ ਕਰੂਗਾ ਕਿਤੇ ਗਾਣਾ ਉਹ ਗਾਣਾ ਗਾ ਸਕਦੇ ਆ ਦੁਬਾਰਾ ਵੀ ਗਾ ਸਕਦੇ ਆ ਜੇ ਉਹਨਾਂ ਕੋਲ ਗਾਉਣ ਦਾ ਟੈਲੈਂਟ ਹੀ ਹੈ ਨੀ ਤੇ ਉਸ ਆਪਣੇ ਟੈਲੈਂਟ ਨੂੰ ਮਾਰਕੀਟ ਵੀ ਕਿੱਥੇ ਕਰਨਗੇ ਉਸ ਟੈਲੈਂਟ ਨੂੰ ਕਿੱਥੇ ਸੈਲ ਕਰਨਗੇ ਕਿੱਥੇ ਵੇਚਣਗੇ ਉਹਨੂੰ ਰਾਈਟ ਕਿਉਂਕਿ ਉਹਨਾਂ ਨੇ ਤਾਂ ਪਹਿਲਾਂ ਹੀ ਇਸ ਤਰ੍ਹਾਂ ਤੁੱਕਾ ਜਿਹਾ ਲਾ ਕੇ ਇਸ ਤਰੀਕੇ ਨਾਲ ਗਾਣਾ ਰਿਕਾਰਡ ਕਰਾਇਆ ਤੇ ਉਹਦਾ ਕੋਈ ਫਾਇਦਾ ਦੇ ਆਰ ਨੋਟ ਗੋਇੰਗ ਟੂ ਗੈਟ ਐਨੀ ਵੇਅਰ ਉਹਦਾ ਕੋਈ ਫਾਇਦਾ ਨਹੀਂ ਮਤਲਬ ਉਹ ਜਿਹੜੀ ਇੱਕ ਲਹਿਰ ਚ ਨਾ ਉਹਦਾ ਪੰਜਾਬੀ ਸਾਥ ਨੂੰ ਪੰਜਾਬੀ ਗਾਇਕੀ ਨੂੰ ਕੋਈ ਖਾਸ ਫਾਇਦਾ ਹੁੰਦਾ ਰਾਈਟ ਸੋ ਉਹ ਉਸ ਗੱਲ ਤੇ ਅਸੀਂ ਕੱਲ ਨੂੰ ਇੱਕ ਗੋਸ਼ਟੀ ਰੱਖੀ ਆ ਆਪਾਂ ਆਪਣੇ ਵਿਚਾਰ ਦੇਣਗੇ ਮਤਲਬ ਸਾਰੇ ਸਾਡੇ ਜਿਹੜੇ ਸਾਥੀ ਹੈਗੇ ਆ ਕਿਉਂਕਿ ਤੁਹਾਨੂੰ ਜ਼ਿਆਦਾ ਪਤਾ ਪੰਜਾਬ ਦੇ ਵਿੱਚ ਕੀ ਅੱਜ ਕੱਲ੍ਹ ਹੋ ਰਿਹਾ ਤੁਸੀਂ ਇੱਥੇ ਰਹਿੰਦੇ ਆ ਅਸੀਂ ਤਾਂ ਬਹੁਤ ਦੇਰ ਦੇ ਆ ਚੁੱਕੇ ਹਾਂ ਪਰ ਫਿਰ ਵੀ ਇੱਦਾਂ ਵੀ ਅੱਜ ਕੱਲ੍ਹ ਕਿਉਂਕਿ ਇੰਟਰਨੈਟ ਦਾ ਜ਼ਮਾਨਾ ਹੈ ਮੋਟਾ ਮੋਟਾ ਪਤਾ ਤਾਂ ਲੱਗਦਾ ਹੀ ਰਹਿੰਦਾ ਵੀ ਕੀ ਕੁਛ ਹੋ ਰਿਹਾ ਲੇਕਿਨ ਤੁਹਾਡੀ ਗਾਇਕੀ ਬਹੁਤ ਵਧੀਆ ਆ ਤੁਹਾਡੀ ਗਾਇਕੀ ਬਾਰੇ ਕੋਈ ਮੈਨੂੰ ਕਿੰਤੂ ਪ੍ਰੰਤੂ ਨਹੀਂ ਹੈ ਤੁਹਾਡੀ ਗਾਇਕੀ ਬਹੁਤ ਵਧੀਆ ਗਾਉਂਦੇ ਵੀ ਸੋਹਣਾ ਆਵਾਜ਼ ਵੀ ਚੰਗੀ ਹੈ ਤੁਹਾਡੀ ਇਹ 'ਚ ਕੋਈ ਸ਼ੱਕ ਨਹੀਂ ਹੈ ਤੇ ਇਹੋ ਜਿਹੇ ਬੰਦਿਆਂ ਤੋਂ ਪ੍ਰਮੋਟ ਆਪਣੇ ਆਪ ਪ੍ਰਮੋਸ਼ਨ ਮਿਲ ਜਾਂਦੀ ਹੈ ਉਹਨਾਂ ਨੂੰ ਪ੍ਰਮੋਟ ਕਰਨਾ ਵੀ ਜ਼ਰੂਰੀ ਹੈ ਪਰ ਜਿਹੜੇ ਬੰਦੇ ਹੁਣ ਪੈਸੇ ਦੇ ਕੇ ਮੱਲੋ ਮੱਲੀ ਇੰਨਾ ਖਰਚ ਕਰਕੇ ਇੱਕ ਅੱਧਾ ਗਾਣਾ ਪ੍ਰਮੋਟ ਕਰ ਲਿਆ ਉਹ ਤੋਂ ਬਾਅਦ ਫੇਰ ਮਿਲਦੇ ਕੋ ਨੋ ਵੇਅਰ ਨਹੀਂ ਇਹ ਮੈਂ ਗੱਲ ਤੁਹਾਡੀ ਸਮਝਦਾ ਪਰ ਉਹ ਜਿਹੜਾ ਬੰਦਾ ਉਹਨਾਂ ਨੂੰ ਦੇਊਗਾ ਉਹ ਘੱਟੋ ਘੱਟ 50,000 ਤੋਂ ਲੈ ਕੇ 1,00,000 ਖਰਚ ਕਰਕੇ ਮਿਨੀਮਮ ਤਾਂ ਉਹਨਾਂ ਦੇ ਇੰਟਰਟੇਨਮੈਂਟ ਉਹਨਾਂ ਦਾ ਕਰਾ ਸਕਦਾ ਰਾਈਟ ਉਹਨੂੰ ਕੀ ਆਇਆ ਗਾਉਣ ਵਾਲੇ ਨੂੰ ਜਿਹਨੇ ਕੋਲ ਆਇਆ ਉਹ ਤਾਂ ਬੈਂਕਰਪਟ ਹੋ ਗਿਆ ਜਾਂ ਉਹਦੇ ਘਰ ਦੇ ਕੰਗਾਲ ਹੋ ਗਏ ਅਗਲੀ ਵਾਰੀ ਫੇਰ ਉਹ ਬੰਦੇ ਇੰਟਰਟੇਨਮੈਂਟ ਉੱਦਾਂ ਦਾ ਹੀ ਮੰਗੂਗੇ ਉਹਨਾਂ ਨੇ ਉਹੀ ਉਹਦੇ ਕੋਲੋਂ ਫੇਰ ਐਕਸਪੈਕਟ ਕਰਨਾ ਉੱਦਾਂ ਦਾ ਹੀ 1,00,000-2,00,000 ਬਣਾ ਕੇ ਉਦੋਂ ਵੀ ਵਧੀਆ ਕੋਸ਼ਿਸ਼ ਕਰੂ ਫੇਰ ਦਊਗਾ ਉਹਨਾਂ ਨੂੰ ਉਹਨਾਂ ਦਾ ਇੰਟਰਟੇਨਮੈਂਟ ਫੇਰ ਹੋ ਗਿਆ ਉਹਨੂੰ ਕੀ ਮਿਲਿਆ ਨਥਿੰਗ ਉਹਨੂੰ ਤਾਂ ਕਿਉਂਕਿ ਉਹਦੇ ਕੋਲ ਤਾਂ ਟੈਲੈਂਟ ਹੀ ਨਹੀਂ ਨਾ ਗਾਉਣ ਦਾ ਉਹ ਤਾਂ ਇੱਦਾਂ ਹੀ ਕਰਕੇ ਦਊਗਾ ਰਮੇ ਸੋ ਮੇਰੇ ਕਹਿਣ ਮਤਲਬ ਉਹ ਕਿੱਥੇ ਪਹੁੰਚੂ ਸੋ ਨਾਲੇ ਉਹਦੇ ਨਾਲ ਪੰਜਾਬੀ ਗਾਇਕੀ ਕਿੱਥੇ ਪਹੁੰਚਣੀ ਨਹੀਂ ਨਹੀਂ ਤੁਹਾਡੀ ਤੇ ਗਾਇਕੀ ਵਧੀਆ ਤੁਹਾਨੂੰ ਤਾਂ ਹੀ ਆਪਣੇ ਸਰੋਤਿਆਂ ਨੂੰ ਵੀ ਜਾਣੂ ਕਰਾਇਆ ਕਿ ਤੁਸੀਂ ਬਚਪਨ ਤੋਂ ਕਾਫੀ ਦੇਰ ਤੋਂ ਤੁਸੀਂ ਗਾਉਂਦੇ ਹੋ ਉਹ ਸਾਡੇ ਇਸ ਕੰਗ ਦੀ ਤਰ੍ਹਾਂ ਹੀ ਉਹ ਵੀ ਜਦੋਂ ਅਸੀਂ ਸਕੂਲ ਚ ਪੜ੍ਹਦੇ ਸੀ ਅਸੀਂ ਇਕੱਠੇ ਪੜ੍ਹੇ ਹਾਂ ਪ੍ਰਾਇਮਰੀ ਸਕੂਲ ਦੇ ਵਿੱਚ ਵੀ ਉਹ ਪੜ੍ਹਦਾ ਜਦੋਂ ਅਸੀਂ ਪੜ੍ਹਦੇ ਸੀ ਨਾ ਉਸ ਵੇਲੇ ਜਦੋਂ ਸਵੇਰ ਨੂੰ ਜਨ ਗਨ ਮਨ ਹੁੰਦੀ ਨਾ ਸਵੇਰ ਨੂੰ ਪ੍ਰਾਰਥਨਾ ਕਰਦੇ ਆ ਉਸ ਵੇਲੇ ਮਾਸਟਰ ਨੇ ਕਹਿਣਾ ਚਲ ਤਾੜੀ ਆ ਜਾ ਇੱਧਰ ਪਹਿਲਾਂ ਗਾਣਾ ਉਹਨੂੰ ਸ਼ੌਂਕ ਮਾਰਨ ਦਾ ਉਹ ਤਾਂ ਪਹਿਲਾਂ ਹੀ ਖੜਾ ਹੁੰਦਾ ਸੀ ਮੈਨੂੰ ਆਵਾਜ਼ ਮਾਰਨ ਤੇ ਮੈਂ ਸੁਣਾਵਾਂ
ਉਦੋਂ ਤੋਂ ਗਾਉਂਦਾ ਉਹ ਪ੍ਰਾਇਮਰੀ ਸਕੂਲ ਤੋਂ, ਮਤਲਬ ਟੈਲੈਂਟ ਸੀ ਉਹਦੇ ਵਿੱਚ। ਫਿਰ ਹਾਈ ਸਕੂਲ ਦੇ ਵਿੱਚ ਤਾਂ ਅਸੀਂ 2 ਸਾਲ ਇਕੱਠੇ ਪੜ੍ਹੇ, ਫਿਰ ਮੈਂ ਦੂਸਰੇ ਸਕੂਲ ਚਲ ਗਿਆ ਸੀ, ਉਹ ਇੰਗਲੈਂਡ ਆ ਗਿਆ, ਰਾਈਟ। ਅਤੇ ਲੇਕਿਨ ਮੇਰੇ ਕਹਿਣ ਦਾ ਮਤਲਬ ਉਹਦੇ ਉਹਦੇ 'ਚ ਟੈਲੈਂਟ ਸੀ। ਉਹ ਜਿਹੜਾ ਟੈਲੈਂਟ ਹੈਗਾ, ਉਸ ਟੈਲੈਂਟ ਨੂੰ ਤੁਸੀਂ ਕਿਸੇ ਪਾਸੇ ਗੁੱਠੇ ਲੈਣ ਨਹੀਂ ਲਾ ਸਕਦੇ। ਜਿਹੜਾ ਆਹ ਮੁੰਡਿਆਂ ਨੇ ਬਣਾਇਆ ਆ ਮਨ ਘੱਟ, ਜਿਹੜਾ ਨਕਲੀ ਵੀ ਵੀਡੀਓ ਬਣਾ ਕੇ ਇੱਦਾਂ, ਉਹ ਕੋਈ ਟੈਲੈਂਟ ਨਹੀਂ ਹੈ, ਰਾਈਟ। ਉਹ ਤਾਂ ਤੁਸੀਂ ਕਿਸੇ ਨੂੰ ਵੀ ਖੜਾ ਕਰ ਦਿਓ ਸਿੰਗਰ ਬਣਾ ਕੇ, ਮੂੰਹ ਲਾ ਕੇ ਉਹਨੂੰ ਵੀ ਉੱਦਾਂ ਦਾ ਬਣਾ ਦੇਣਾ, ਉਹਦਾ ਕੋਈ ਫਾਇਦਾ ਨਹੀਂ। ਉਹ ਲਹਿਰ ਨੇ ਕਿਤੇ ਪਹੁੰਚਾਉਣਾ ਨਹੀਂ ਪੰਜਾਬੀ ਗਾਇਕੀ ਨੂੰ, ਉਹਦਾ ਕੋਈ ਫਾਇਦਾ ਨਹੀਂ ਹੈ। ਸੋ ਉਹ ਮੇਰੇ ਕਹਿਣ ਦਾ ਮਤਲਬ ਹੈ। ਹਾਂਜੀ 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 ਬਿਲਕੁਲ ਰਾਈਟ। ਮੇਰੀ ਹੁਣ ਗੱਲ ਹੋ ਰਹੀ ਸੀਗੀ, ਚੈਟ ਹੋ ਰਹੀ ਸੀਗੀ ਆਪਣੇ ਆਪਣੇ ਫਰੈਂਡ ਹੈਗੇ ਨੇ, ਸ਼ਾਰਟ ਫਿਲਮ ਵੀ ਬਣਾਉਂਦੇ ਨੇ, ਮਹਿਤਾਬ ਸਿੰਘ, ਪਟਿਆਲੇ ਰਹਿੰਦੇ ਨੇ ਉਹ, ਰੌਕ ਪੈਂਥਰ ਫਿਲਮਸ। ਅਤੇ ਉਹਨਾਂ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਆ, ਅਤੇ ਉਹ ਕਹਿੰਦੇ ਜੀ ਵੀ ਮਿਊਜ਼ਿਕ ਵਾਲੇ ਤਾਂ 25,000 ਡਾਲਰ ਲੈਂਦੇ, ਅਸੀਂ ਕੰਪੀਟੀਸ਼ਨ ਕਰਾਉਂਦੇ ਹੁੰਦੇ, ਮੁੰਡਿਆਂ ਨੂੰ ਮੌਕਾ ਦੇਈਦਾ ਵੀ ਜਿਹੜੇ ਨਵੇਂ ਮੁੰਡੇ ਉੱਠਦੇ ਆ ਉਹ ਲਾਈਵ ਗਾਉਣ, ਇੱਕ ਸੌਂਗ ਦੇ ਦੇਦਾ। ਉਹ ਸੌਂਗ ਅੱਜ ਕੱਲ੍ਹ ਵੀ ਦਿੱਤਾ, 5ਵਾਂ ਕੰਪੀਟੀਸ਼ਨ ਸਾਡਾ ਚੱਲ ਰਿਹਾ, ਵੀ ਲਾਈਵ ਗਾ ਕੇ ਮੈਨੂੰ ਭੇਜੋ, ਫਿਰ ਅਸੀਂ ਉਹਨਾਂ ਨੂੰ ਟਰੋਫੀਆਂ ਵੀ ਦਿੰਦੇ ਹਾਂ, ਅਸੀਂ ਖਰਚਾ ਕਰਦੇ ਹਾਂ। ਲੇਕਿਨ ਉਹ ਕਹਿੰਦੇ ਜੀ ਉਹ ਅਸੀਂ ਇੱਦਾਂ ਇੱਦਾਂ ਕਈ ਮੁੰਡੇ ਚਾਹੁੰਦੇ ਵੀ ਕਰ ਦਈਏ। ਮੈਂ ਕਿਹਾ ਉਹਦਾ ਕੋਈ ਫਾਇਦਾ ਨਹੀਂ, ਅਸੀਂ ਚਾਹੁੰਦੇ ਹਾਂ ਵੀ ਲਾਈਵ ਉਹ ਅਸੀਂ ਫ੍ਰੀ ਤੁਹਾਡੀ ਰਿਕਾਰਡਿੰਗ ਕਰਨੀ ਹੈ, ਕੈਮਰਾ ਸਾਡੇ ਕੋਲ ਆ, ਬੰਦੇ ਨੂੰ ਲੈ ਕੇ ਦਿੱਤਾ ਆ, ਰਿਕਾਰਡਿੰਗ ਉਹ ਕਰੂਗਾ, ਅਤੇ ਅਸੀਂ ਤੁਹਾਡੇ ਵਾਸਤੇ ਇੰਸਟਰੂਮੈਂਟਸ ਦਾ ਵੀ ਇੱਕ ਦੋ ਦਾ ਇੰਤਜ਼ਾਮ ਕਰ ਸਕਦੇ ਹਾਂ, ਜੇ ਬੰਦੇ ਦੀ ਆਵਾਜ਼ ਗਾਉਣ ਵਾਲੀ ਹੋਵੇ, ਜੇ ਉਹਦੀ ਸੁਰੀਲੀ ਆਵਾਜ਼ ਆ, ਵਾਕਈ ਉਹ ਗਾਉਣ ਵਾਲੀ ਉਹਦੀ ਆਵਾਜ਼ ਹੈਗੀ ਆ, ਉਹਦੇ ਲਈ ਇੰਸਟਰੂਮੈਂਟ ਦਾ ਵੀ ਇੱਕ ਦੋ ਦਾ ਇੰਤਜ਼ਾਮ ਕੀਤਾ ਜਾ ਸਕਦਾ, ਤਬਲੇ ਦਾ, ਹਾਰਮੋਨੀਅਮ ਵਗੈਰਾ ਦਾ ਇੰਤਜ਼ਾਮ ਕੀਤਾ ਜਾ ਸਕਦਾ, ਕੋਈ ਬੜੀ ਗੱਲ ਨਹੀਂ। ਲੇਕਿਨ ਉਹ ਲਾਈਵ ਗਾਵੇ ਕੈਮਰੇ ਦੇ ਸਾਹਮਣੇ ਖੜ ਕੇ। ਲੇਕਿਨ ਜੇ ਉੱਦਾਂ ਹੀ ਵੀਡੀਓ ਬਣਾ, ਕਹਿੰਦਾ ਵੀ ਮੈਂ ਵੀਡੀਓ ਬਣਾਤੀ, ਰਿਕਾਰਡ ਕਰਤੀ, ਪਿੱਛੇ 2-4 ਫੋਟੋਆਂ ਪਾਤੀਆਂ, ਦੈਟ ਡਜ਼ਨਟ ਮੇਕ ਮੱਚ ਸੈਂਸ, ਰਾਈਟ। ਉਹਨੂੰ ਸਾਡੇ ਜੱਜ ਵੀ ਨਹੀਂ ਲਾਈਕ ਕਰਦੇ, ਕਿਉਂਕਿ ਅਸੀਂ ਜੱਜ ਵੀ ਸਾਡੇ ਇੱਥੇ ਬਾਹਰਲੇ ਕੰਟਰੀਆਂ ਦੇ ਹੁੰਦੇ ਆ, ਇੱਕ ਜੱਜ ਅਸੀਂ ਇੰਡੀਆ ਤੋਂ ਲੈਂਦੇ ਹਾਂ, ਉਹ ਇੰਡੀਆ ਦੇ, ਤੁਸੀਂ ਕਹਿੰਦੇ ਵੀ ਇੰਡੀਆ ਵਾਲਿਆਂ ਦਾ ਰੁਝਾਨ ਹੋ ਰਿਹਾ, ਸਾਡੇ ਜਿਹੜੇ ਇੱਧਰਲੇ ਬੰਦਿਆਂ ਦੇ ਟੇਸਟ ਹੈਗੇ ਆ, ਹੁਣ ਆਪਣਾ ਕੰਮ ਬਦਲ ਗਿਆ। ਅੱਗੇ ਹੁੰਦਾ ਸੀਗਾ ਵੀ ਅਸੀਂ ਸੋਚਦੇ ਸੀ ਵੀ ਜਿਹੜੇ ਬਾਹਰਲੇ ਲੋਕ ਅਮਰੀਕਾ ਕੈਨੇਡਾ ਜਾਂਦੇ ਉਹ ਬੜੇ ਵੈਸਟਰਨਾਈਜ਼ ਹੋਏ ਹੋ ਆ, ਅਤੇ ਜਿਹੜੇ ਹਿੰਦੁਸਤਾਨ ਵਾਲੇ ਸੀ ਵੀ ਉੱਥੇ ਈਸਟਰਨ ਕਲਚਰ ਆ। ਹੁਣ ਉਲਟ ਹੋ ਗਿਆ ਕੰਮ, ਅਸੀਂ ਈਸਟਰਨ ਕਲਚਰ ਵੱਲ ਨੂੰ ਭੱਜ ਰਹੇ ਹਾਂ ਅਤੇ ਤੁਸੀਂ ਇੱਥੇ ਵੈਸਟਰਨਾਈਜ਼ ਹੋ ਰਹੇ ਹਾਂ ਹਰ ਗੱਲ 'ਚ ਹੀ, ਰਾਈਟ। ਆਪੋਜ਼ਿਟ ਹੋ ਗਿਆ ਸਾਰਾ ਕੰਮ। ਹਾਂਜੀ ਤੁਸੀਂ ਤਾਂ ਦੇਖ ਗਏ ਇੱਧਰ ਆ ਕੇ, ਸਾਡੇ ਟੇਸਟ ਜਿਹੜੇ ਆ, ਅਸੀਂ ਪੰਜਾਬੀ ਬੋਲਣ ਦੀ ਕੋਸ਼ਿਸ਼ ਕਰਦੇ ਹਾਂ, ਪੰਜਾਬੀ ਨੂੰ ਬਰਕਰਾਰ ਰੱਖੀਏ, ਪੰਜਾਬੀ ਨੂੰ ਥੋੜ੍ਹਾ ਬੜਾਵਾ ਮਿਲੇ। ਤੁਹਾਡੇ ਇੱਥੇ ਬੰਦੇ ਜਿਹੜੇ ਪੇਰੈਂਟਸ ਆ ਉਹ ਕਹਿੰਦੇ ਬੱਚਿਆਂ ਨੂੰ ਅਸੀਂ ਮਾਡਲ ਸਕੂਲ 'ਚ ਮੁੰਡੇ ਨੂੰ ਕੁੜੀ ਨੂੰ ਅਸੀਂ ਉੱਥੇ ਹੀ ਲਾਉਣਾ, ਉਹ ਉੱਥੇ ਹੀ ਸਿੱਖੂਗੀ, ਅੰਗਰੇਜ਼ੀ ਸਿੱਖਣਗੇ, ਸਿੱਖੂਗਾ ਸਾਡਾ ਬੱਚਾ, ਪੰਜਾਬੀ ਬਾਅਦ 'ਚ ਦੇਖੀ ਜਾਊਗੀ, ਰਾਈਟ। ਮੇਰੇ ਕਹਿਣ ਦਾ ਮਤਲਬ ਵੀ ਕੰਮ ਉਲਟ ਹੋ ਗਿਆ ਤੁਹਾਡਾ ਸਾਰਾ ਹੀ, ਇਸ ਤਰ੍ਹਾਂ ਤੁਹਾਡੇ ਗਾਣਿਆਂ ਦੇ ਟੇਸਟ ਵੀ, ਸੱਭਿਆਚਾਰ ਦੇ ਟੇਸਟ ਵੀ। ਕਈ ਕਹਿੰਦੇ ਜੀ ਅਸੀਂ ਤਾਂ ਰੈਪ ਹੀ ਗਾਉਂਦੇ ਹਾਂ, ਮੈਨੂੰ ਕਈਆਂ ਦੀ ਈਮੇਲ ਆਉਂਦੀ ਰਹਿੰਦੀ ਹੈ ਜਾਂ ਉਹਨਾਂ ਦੀ ਫੇਸਬੁੱਕ ਤੇ, ਕਹਿੰਦੇ ਜੀ ਰੈਪ ਹੀ ਗਾਉਂਦੇ ਹਾਂ ਅਸੀਂ ਤਾਂ। ਮੈਂ ਕਿਹਾ ਰੈਪ ਨਹੀਂ ਸਾਨੂੰ ਚਾਹੀਦਾ, ਰੈਪ ਤੁਸੀਂ ਜਿਹੜਾ ਸਹੀ ਤਰੀਕੇ ਦੇ ਨਾਲ ਪੰਜਾਬੀ ਮਿਊਜ਼ਿਕ ਹੈਗਾ, ਪੰਜਾਬੀ ਗੀਤ ਆ, ਉਹ ਗਾਓ ਉਸ ਤਰੀਕੇ ਨਾਲ ਜੇ ਤੁਸੀਂ ਗਾ ਸਕਦੇ ਹੋ ਤਾਂ। ਅੱਛਾ ਬਾਕੀ ਤੁਹਾਡੇ ਕੋਲ ਕਿੰਨੇ ਕੁ ਮਿੰਟ ਬਾਕੀ? ਮੇਰੇ ਖਿਆਲ 8:30 ਹੋ ਗਿਆ ਸਾਡੇ ਇੱਧਰ, ਤੇ ਤੁਹਾਡੇ ਮੇਰੇ ਖਿਆਲ 10 ਵੱਜ ਗਏ, ਰਾਈਟ। ਤੁਹਾਡਾ ਟਾਈਮ ਵੀ ਮੇਰੇ ਖਿਆਲ ਹੋ ਗਿਆ, ਕਿਉਂ ਆਪਾਂ ਥੋੜ੍ਹਾ ਲੇਟ ਸ਼ੁਰੂ ਕੀਤਾ, ਕਿ ਸੋਰੀ ਮੈਂ ਥੋੜ੍ਹਾ ਲੇਟ ਹੀ ਹਾਂ, ਕੋਈ ਫਰਾਈਡੇ ਮੈਂ ਥੋੜ੍ਹਾ ਲੇਟ ਹੀ ਆਉਣਾ, ਇਸ ਕਰਕੇ ਮੈਂ ਥੋੜ੍ਹਾ ਲੇਟ ਹੀ ਰੱਖਣਾ ਚਾਹੁੰਦਾ ਸੀਗਾ। ਐਨੀਵੇ ਕੋਈ ਗੱਲ ਨਹੀਂ, ਆਪਾਂ ਫਿਰ ਵੀ ਵੀ ਸਟਿਲ ਮੈਨੇਜ ਗਾਹ ਵਾਸਤੇ ਆਪਾਂ ਕੋਸ਼ਿਸ਼ ਕਰਾਂਗੇ ਵੀ ਜਿਹੜਾ ਸੈਟਰਡੇ ਦਾ ਦਿਨ ਹੈ ਨਾ ਇਸ ਕੰਮ ਵਾਸਤੇ, ਸੈਟਰਡੇ ਦਾ ਦਿਨ ਰੱਖਿਆ ਕਰਾਂਗੇ। ਸੈਟਰਡੇ ਦਿਨ ਮੈਂ ਵਿਹਲਾ ਹੀ ਹੁੰਦਾ, ਸੈਟਰਡੇ ਦੇ ਦਿਨ ਤੁਸੀਂ ਕੋਈ ਵੀ ਟਾਈਮ ਰੱਖ ਸਕਦੇ ਆ, ਸੈਟਰਡੇ ਨੂੰ ਮੈਂ ਵਿਹਲਾ ਹੁੰਦਾ, ਮੈਂ ਬਾਹਰੋਂ ਮੈਂ ਮੰਡੇ ਤੋਂ ਲੈ ਕੇ ਫਰਾਈਡੇ ਮੈਂ ਆਊਟ ਜਾਂਦਾ, ਅਤੇ ਸੈਟਰਡੇ ਰੱਖ ਲਿਆ ਕਰਾਂਗੇ ਅਸੀਂ, ਅਤੇ ਕੋਈ ਗੱਲ ਨਹੀਂ। ਅਤੇ ਬਾਕੀ ਦੂਜੇ ਕੰਮ ਵਾਸਤੇ ਅਸੀਂ ਸੰਡੇ ਰੱਖਿਆ, ਅਤੇ ਉਹਦੇ ਵਾਸਤੇ ਅਸੀਂ ਤੁਹਾਨੂੰ ਫਿਰ ਦੁਬਾਰਾ ਵੀ ਟਾਈਮ ਦੇਵਾਂਗੇ, ਆਪਾਂ ਥੋੜ੍ਹਾ ਲੰਮਾ ਟਾਈਮ ਰੱਖਾਂਗੇ। ਅਤੇ ਜੇ ਤੁਹਾਡੇ ਕੋਲ ਕੋਈ ਵਾਨਗੀ ਹੈਗੀ ਆ, ਮੈਂ ਹੁਣ ਤੁਹਾਡੇ ਬਹੁਤਾ ਦੇਰ ਤੁਹਾਨੂੰ ਹੋਲਡ ਨਹੀਂ ਕਰਨਾ ਚਾਹੁੰਦਾ, ਮੈਨੂੰ ਪਤਾ ਤੁਹਾਡਾ ਟਾਈਮ ਹੋ ਚੁੱਕਾ। ਜੇ ਤੁਹਾਡੇ ਕੋਲ ਟਾਈਮ ਹੈਗਾ, ਜੇ ਤੁਸੀਂ ਕੋਈ ਆਪਣਾ ਲਾਈਵ ਗਾਣਾ ਸੁਣਾਉਣਾ ਚਾਹੁੰਦੇ ਆ ਤਾਂ ਠੀਕ ਹੈ, ਅਦਰਵਾਈਜ਼ ਤੁਹਾਡੇ ਜਾਣ ਤੋਂ ਬਾਅਦ ਮੈਂ ਲਾਈਵ ਇੱਥੇ ਫੇਸਬੁੱਕ 'ਚੋਂ ਲੱਭ ਕੇ ਅਤੇ ਮੈਂ ਤੁਹਾਡਾ ਲਾਈਵ ਇੱਥੇ ਚਲਾ ਦੇਣਾ, ਫਿਰ ਤੁਹਾਡਾ ਸੁਣਾ ਦੇਵਾਂਗਾ। ਆਹ ਜਿਹੜੀ ਤੁਹਾਡੀ ਐਲਬਮ ਆ ਉਹ ਮੈਂ ਸ਼ੇਅਰ ਕਰਨੀ ਚਾਹੁੰਦਾ,
ਆਪਣੇ ਸਰੋਤਿਆਂ ਦੇ ਨਾਲ, ਤੇ ਜੇ ਤਾਂ ਤੁਹਾਡੇ ਕੋਲ ਲਾਈਵ ਸੁਣਾਉਣ ਵਾਸਤੇ ਟਾਈਮ ਹੈਗਾ। ਹਾਂਜੀ, ਅੱਛਾ ਉਹ ਹਾਂ ਪੰਜਾਬ ਵਾਲੇ, ਮੈਂ ਚਾਹੁੰਦਾ ਵੀ ਤੁਸੀਂ ਸੁਣਾ ਦਿਓ, ਉਸ ਤੋਂ ਬਾਅਦ ਮੈਂ ਜਿਹੜੀ ਤੁਹਾਡੀ ਵੀਡੀਓ ਹੈਗੀ ਆ, ਮੈਂ ਵੀਡੀਓ ਇੱਥੇ ਫੇਸਬੁੱਕ 'ਤੇ ਖੋਲ੍ਹ ਲੈਂਦਾ, ਬਾਅਦ 'ਚ ਜਾ ਕੇ ਉਹ ਮੈਂ ਬਾਅਦ 'ਚ ਵੀਡੀਓ ਵੀ ਸੁਣਾ ਦਿਆਂਗਾ ਆਪਣੇ ਸਰੋਤਿਆਂ ਨੂੰ। ਠੀਕ ਹੈ, ਮੈਂ ਇਹ ਕਹਿ ਰਿਹਾ। ਹਾਂਜੀ ਠੀਕ ਹੈ, ਓਕੇ। ਹਾਂਜੀ 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 ਓਕੇ। ਜਦੋਂ ਤੁਹਾਡੀ ਆਵਾਜ਼ ਕਦੇ ਕਦੇ ਵਿੱਚੋਂ ਕੱਟ ਗਈ ਥੋੜੀ ਜਿਹੀ, ਲਾਗੇ ਰੱਖਿਓ ਉਹਦੇ ਸਮ ਰੀਜ਼ਨ। ਬੜੀ ਵਧੀਆ ਆ ਰਹੀ ਸੀ ਆਵਾਜ਼, ਹਾਂ ਹੁਣ ਠੀਕ ਹੈ, ਹੁਣ ਠੀਕ ਹੈ। ਉਹਦੇ ਥੋੜਾ ਉਹ ਤੁਹਾਡੇ ਮੂੰਹ ਤੋਂ ਪਰੇ ਹੋ ਜਾਂਦਾ ਨਾ ਉਹਦਾ ਜਿਹੜਾ ਮਾਈਕ ਆ ਆਪਣੇ ਮੋਬਾਈਲ ਦਾ। ਹਾਂਜੀ ਇੱਥੇ ਰੱਖੋ ਜਿੱਥੇ ਹੁਣ ਹੈਗਾ। ਹਾਂਜੀ ਜਦੋਂ ਤੁਹਾਡਾ ਮੁੱਕੂਗਾ ਨਾ ਇਹ ਸੌਂਗ, ਉਹ ਤੋਂ ਬਾਅਦ ਮੈਂ ਤੁਹਾਡੀ ਉਹ ਖੋਲ੍ਹ ਲਈ ਆ ਫੇਸਬੁੱਕ ਦੇ ਉੱਤੇ ਵੀਡੀਓ ਜਿਹੜੀ ਉਹ ਤੁਸੀਂ ਮੈਨੂੰ ਭੇਜੀ ਸੀ, ਅਤੇ ਉਹ ਮੈਂ ਫਿਰ ਇੱਥੇ ਲਾਈਵ ਉਹ ਵੀ ਚਲਾਵਾਂਗਾ, ਅਤੇ ਉਹ ਵੀ ਸਾਡੇ ਸਰੋਤੇ ਵਾਚ ਕਰ ਲੈਣਗੇ। ਹਾਂਜੀ ਮੁੱਕ ਗਿਆ ਤੁਹਾਡਾ ਇੱਧਰੋਂ? ਓਕੇ ਓਕੇ, ਸੋ ਲੈਟ ਲੈਟ ਮੀ ਓਪਨ ਦਿਸ ਵਨ ਹੇਅਰ ਇਟ ਇਜ਼। ਤੁਹਾਡੇ ਪੇਜ ਤੇ ਵੀ ਹੈਗਾ ਮੇਰਾ ਖਿਆਲ ਹੈ ਨਾ, ਤੁਹਾਡੇ ਫੇਸਬੁੱਕ ਪੇਜ ਤੇ ਵੀ ਹੈਗਾ ਮੇਰੀ ਫੇਸਬੁੱਕ ਪੇਜ ਤੇ ਲਿੰਕ ਲੱਗਾ ਸੀ ਨਾ, ਉਹ
ਉਹ ਲਿੰਕ ਤੁਹਾਡੇ ਤੇ ਵੱਜ ਗਿਆ ਮੇਰੇ ਕੋਲ, ਕਲਿੱਕ ਤੁਹਾਡੀ ਉਹਦੇ ਭੁਲੇਖੇ ਇਸ ਕਰਕੇ ਉਹ ਚੱਲ ਪਿਆ ਉੱਥੇ ਖੁੱਲ ਗਿਆ। ਉਹ ਕਿਉਂਕਿ ਉਹ ਵੀ ਉੱਦਾਂ ਦਾ ਹੀ ਹੈ ਨਾ ਲਿੰਕ, ਤੁਹਾਡੇ ਕੋਲ ਮੇਰੇ ਕੋਲ ਫੋਟੋ ਤੁਹਾਡੀ ਦੂਜੀ ਕੋਈ ਨਹੀਂ ਸੀਗੀ, ਇਸ ਕਰਕੇ ਉਹ ਖੁੱਲ ਗਿਆ ਫਿਰ ਉੱਥੇ ਲਾਈਵ। ਸੋ ਆਈ ਹੈਵ ਟੂ ਟਰਨ ਦੈਟ ਆਫ। ਓਕੇ, ਉਹ ਮੈਨੂੰ ਹੁਣ ਲੱਭ ਲੈਂਦੇ ਤੁਹਾਡਾ ਜਿਹੜਾ ਜਿਹੜਾ ਸੌਂਗ ਆ ਉਹ ਕਿੱਥੇ ਲੱਗਾ। ਆ 8:30 ਨਹੀਂ, ਇਹ ਵੀ ਨਹੀਂ ਹੈ, ਇਹ ਇਸ ਤੋਂ ਅੱਗੇ ਹੋਣਾ। ਆਈ ਹੈਵ ਟੂ ਫਾਇੰਡ ਇਟ। ਤੁਹਾਡੇ ਪੇਜ ਤੇ ਹੈਗਾ ਨਾ ਉਹ, ਤੁਹਾਡੇ ਪੇਜ ਤੇ ਤੁਹਾਡਾ ਗੀਤ ਲੱਗਾ ਆ। ਤੁਹਾਡੇ ਪੇਜ ਤੇ ਨਹੀਂ ਲੱਗਾ? ਓਕੇ, ਕਿਉਂਕਿ ਮੇਰੇ ਫੇਸਬੁੱਕ ਪੇਜ ਤੇ ਕਿਤੇ ਨਾ ਕਿਤੇ ਹੈਗਾ ਉਹ। ਆਈ ਹੈਵ ਟੂ ਸੀ ਵੇਅਰ ਇਟ ਇਜ਼, ਕਿਉਂਕਿ ਆਹ ਤਾਂ ਸਾਰੇ ਦੂਜੇ ਲਿੰਕ ਨੇ ਨਾ, ਕਿਤੇ ਸਿੰਗਰਸ ਲਿੰਕ, ਸਿੰਗਰਸ ਲਿੰਕ ਜ਼ਿਆਦਾ ਹੋਊਗਾ ਫਿਰ। ਓਕੇ, ਤੁਹਾਡੇ ਜਾਂ ਮੈਸੇਜ, ਤੁਸੀਂ ਮੈਨੂੰ ਮੈਸੇਜ ਰਾਹੀਂ ਭੇਜਿਆ ਸੀ ਮੇਰੇ ਖਿਆਲ। ਲੈਟ ਮੀ ਗੋ ਟੂ ਮਾਈ ਮੈਸੇਜ ਬਾਕਸ, ਮੈਸੇਜ ਬਾਕਸ 'ਚ ਹੋ ਸਕਦਾ ਹੋਵੇ। ਨਹੀਂ ਤਾਂ ਫਿਰ ਯੂਟਿਊਬ ਤੋਂ ਤਾਂ ਫਿਰ ਮਿਲ ਜਾਊਗਾ ਨਾ ਫਿਰ। ਓਕੇ, ਤੁਹਾਡੇ ਮੈਸੇਜ ਬਾਕਸ ਮੈਂ ਕਿਹਾ ਸ਼ਾਇਦ ਹੋਣਾ। ਤੁਹਾਡੇ ਤੁਹਾਡੀ ਫੇਸਬੁੱਕ, ਤੁਹਾਡਾ ਜਿਹੜਾ ਪੇਜ ਆ ਫੇਸਬੁੱਕ ਦਾ ਆਪਣਾ, ਉੱਥੇ ਹੈਗਾ ਕਿ ਨਹੀਂ ਹੈਗਾ? ਤੁਸੀਂ ਸ਼ੋਰ ਨਹੀਂ ਉਹਦੇ ਬਾਰੇ? ਅੱਛਾ, ਦੇਖ ਲੈਂਦੇ ਕਲਿੱਕ ਕਰਕੇ। ਓਕੇ, ਲੈਟ ਮੀ ਕਲਿੱਕ ਔਨ ਯੂਅਰ ਪੇਜ। ਓਕੇ, ਤੁਹਾਡਾ ਪੇਜ ਖੋਲ ਲਿਆ ਹੁਣ ਮੈਂ ਸਾਹਮਣੇ, ਮੈਂ ਦੇਖਦਾ ਜੀ ਉਹਦੇ 'ਤੇ ਹੈਗਾ, ਅਤੇ ਮੈਨੂੰ ਹੁਣ ਚੇਤਾ ਨਹੀਂ ਵੀ ਮੇਰਾ ਕਿੱਥੇ ਹੈਗਾ ਉਹ। ਆਹ ਤਾਂ ਜਿਹੜਾ ਮੈਂ ਲਿੰਕ ਲਾਇਆ ਸੀ ਉਹੀ ਆ, ਉੱਤੇ ਮੇਰੇ ਕੋਲ ਕਲਿੱਕ ਹੋ ਗਿਆ ਗਲਤੀ ਨਾ, ਉਹ ਇਸ ਕਰਕੇ ਉਹ ਖੁੱਲ੍ਹ ਗਿਆ, ਆਪਣਾ ਚੈਨਲ ਹੀ ਖੁੱਲ੍ਹ ਗਿਆ ਉੱਥੇ, ਦਿਸ ਨਹੀਂ ਰਿਹਾ ਮੈਨੂੰ ਇੱਥੇ ਕਿਤੇ। ਮੇ ਬੀ ਇਟ ਇਜ਼ ਸਮਵੇਅਰ, ਆਈ ਡੋਂਟ ਸੀ ਇਟ, ਆਈ ਡੋਂਟ ਸੀ ਇਟ, ਹੈਗਾ ਨਹੀਂ। ਆਹ ਜਿਹੜੀਆਂ ਤੁਹਾਡੀਆਂ ਪਿਕਚਰਸ ਹੈਗੀਆਂ, ਇਹ ਪਿਕਚਰ ਆ ਕਿ ਇਹਨਾਂ 'ਚ ਵੀਡੀਓ ਵੀ ਆ, ਫੋਟੋਜ਼ ਦੇ ਵਿੱਚ, ਐਲਬਮ ਦੇ ਵਿੱਚ ਵੀ ਹੈ। ਹਾਂ ਨਹੀਂ, ਇਹ ਇਹ ਜਿਹੜੀ ਤੁਹਾਡੀ ਆ, ਆਹ ਜਿਹੜਾ ਮੈਂ ਗੀਤ ਹੈ ਮੈਂ ਉਹਦੀ ਗੱਲ ਕਰਦਾ, ਇਹ ਜਿਹੜਾ ਇਹ ਕਿਤੇ ਵੀ ਨਹੀਂ ਤੁਹਾਡਾ ਫੇਸਬੁੱਕ 'ਤੇ ਕਿਤੇ ਹੈ ਹੀ ਨਹੀਂ ਹੈ, ਇਜ਼ ਇਟ ਐਨੀਵੇਅਰ? ਅੱਛਾ, ਫੇਸਬੁੱਕ 'ਤੇ ਮੇਰਾ ਖਿਆਲ ਨਹੀਂ ਹੈਗਾ। ਆਈ ਡੋਂਟ ਸੀ ਇਟ, ਆਈ ਡੋਂਟ ਸੀ ਇਟ। ਓਕੇ, ਯੂਟਿਊਬ 'ਤੇ ਹੋਏਗਾ ਫਿਰ, ਰਾਈਟ? ਸੋ ਪਰ ਇੱਥੇ ਹੋਣਾ ਚਾਹੀਦਾ ਸੀ ਕਿਤੇ ਨਾ ਕਿਤੇ, ਇਟ ਸ਼ੁੱਡ ਬੀ ਸਮਵੇਅਰ। ਤੁਸੀਂ ਭੇਜਿਆ ਤਾਂ ਸੀਗਾ, ਹੁਣ ਮੈਨੂੰ ਇਹ ਯਾਦ ਨਹੀਂ ਹੈ ਫਿਰ, ਕਿਉਂਕਿ ਮੇਰੇ ਮੇਰੇ ਫੇਸਬੁੱਕ ਦੇ ਵਿੱਚ ਵੀ ਜ਼ਿਆਦਾ ਹੈ ਨਾ ਉਹ, ਆਈ ਵਾਜ਼ ਨੋਟ ਰੈਡੀ ਕਿ ਮੈਂ ਇੱਥੋਂ, ਮੈਂ ਸਮਝਿਆ ਤੁਹਾਡੇ ਹੋਣਾ ਉੱਧਰ, ਕਿ ਮੈਨੂੰ ਲੱਭਣਾ ਪੈਣਾ, ਕਿਉਂਕਿ ਮੇਰੇ ਗਰੁੱਪ ਬਹੁਤ ਸਾਰੇ ਨੇ, ਮੈਂ ਕਿਤੇ ਨਾ ਕਿਤੇ ਪੇਸਟ ਕਰ ਦਿੱਤਾ ਹੋਣਾ ਉਹ ਸਮਵੇਅਰ। ਸਿੰਗਰਸ ਲਿੰਕ ਹੋ ਸਕਦਾ, ਜਾਂ ਤਾਂ ਲੈਟ ਮੀ ਫਾਇੰਡ ਆਊਟ, ਸਿੰਗਰਸ ਲਿੰਕ ਤਾਂ ਨਹੀਂ ਕਿਤੇ ਉਹ, ਸਿੰਗਰਸ ਲਿੰਕ ਨਹੀਂ, ਉਹਦੇ 'ਚ ਨਹੀਂ ਹੈਗਾ, ਇਟਸ ਨੋਟ ਦੇਅਰ ਈਦਰ। ਉਹਦੇ 'ਚ ਨਹੀਂ ਹੈਗਾ, ਉੱਥੇ ਵੀ ਨਹੀਂ ਹੈ। ਓਕੇ, ਉਹ ਤਾਂ ਤੁਹਾਨੂੰ ਸਾਹਮਣੇ ਰੱਖਣਾ ਚਾਹੀਦਾ ਨਾ, ਬਿਲਕੁਲ, ਉਹ ਤਾਂ ਸਾਹਮਣੇ ਰੱਖਣਾ। ਚਲੋ ਹੁਣ ਯੂਟਿਊਬ 'ਤੇ ਚੱਲ ਗਏ, ਹੁਣ ਮੈਂ ਯੂਟਿਊਬ 'ਤੇ ਫਿਰ ਕੀ ਲਿਖਣਾ ਪੈਣਾ, ਉਹਦਾ ਨਾਂ ਨਾਂ ਕੀ ਆ ਤੁਹਾਡੇ ਸੌਂਗ ਦਾ? ਰੋਇਲ ਪੰਜਾਬ ਨਾਲ ਹੀ ਆ ਜਾਣਾ ਫਿਰ, ਰੋਇਲ ਪੰਜਾਬ, ਰੋਇਲ ਪੰਜਾਬ, ਰੋਇਲ। ਓਕੇ, ਅੱਛਾ, ਆਰ ਬੀ ਸਿੰਘ ਵੀ ਪਾਉਣਾ ਪੈਣਾ, ਆਰ ਬੀ ਸਿੰਘ, ਆਰ ਬੀ ਸਿੰਘ ਰੋਇਲ ਪੰਜਾਬ। ਓਕੇ, ਆ ਗਿਆ। ਓਕੇ, ਇਹਦੇ ਹੁਣ ਕਈ ਹੈਗੇ, ਇਹਨਾਂ 'ਚ ਹੁਣ ਦੇਖਣਾ ਪੈਣਾ ਕਿ ਵਿੱਚ ਵਨ ਇਟ ਇਜ਼। ਆਹ ਹੋਣਾ ਚਾਹੀਦਾ ਮੇਰੇ ਖਿਆਲ, ਆਰ ਬੀ ਸਿੰਘ ਰੋਇਲ ਪੰਜਾਬ ਅਫੀਸ਼ੀਅਲ ਟ੍ਰੇਲਰ, ਨਹੀਂ ਟ੍ਰੇਲਰ ਨਹੀਂ, ਫੁੱਲ ਵੀਡੀਓ। ਓਕੇ,
ਉਹ ਇਹ ਤਾਂ ਛੋਟਾ ਹੋਣਾ ਨਾ, ਟ੍ਰੇਲਰ ਵੀ ਮੈਂ ਦੇਖਿਆ ਸੀ ਤੁਹਾਡਾ, ਇਹ ਤੁਹਾਡੀਆਂ ਖੁੱਲ੍ਹ ਗਈਆਂ ਸਾਰੀਆਂ ਇੱਥੇ। ਇਹਨਾਂ 'ਚੋਂ ਹੁਣ ਕਿਹੜਾ ਹੈ ਜਿਹੜਾ ਫੁੱਲ ਸੌਂਗ ਹੈਗਾ? ਵਿੱਚ ਵਨ ਇਜ਼ ਫੁੱਲ ਸੌਂਗ। ਓਕੇ, ਆਰਬੀ ਸਿੰਘ ਬੋਲੀ ਫੁੱਲ, ਇੱਕ ਤਾਂ ਇਹ ਹੈ ਬੋਲੀ ਰੋਇਲ ਪੰਜਾਬ। ਆਹ ਹੁਣ, ਅੱਛਾ ਆਹ ਆਹ ਫੋਟੋ ਬਣੀ ਹੈ, ਚਾਹ ਆ ਗਿਆ ਮੇਰੇ ਚ, ਦੇਰ ਇਟ ਇਜ਼। ਓਕੇ, there it is. Okay. My name is Bruce Yang. I've been an American citizen for the past 24 years. I grew up in Taiwan and skip kar dena. But we found it. Main samjha tode page te hona utthe te mainu vi nahi yaad ki main kithe laya. Kal supne vich akhiyan saame ingi noor jiya thoda chal gaya kiven shuru to launa. So let's do it. ਕੱਲ ਸੁਪਨੇ ਵਿੱਚ ਅੱਖੀਆਂ ਸਾਵੇ ਇੱਕ ਨੂਰ ਜਿਹਾ ਫੁੱਟਿਆ, ਇੱਕ ਨੂਰ ਜਿਹਾ ਫੁੱਟਿਆ ਉਸੇ ਵੇਲੇ ਅਮਰਾਂ ਨੂੰ ਇੱਕ ਤਾਰਾ ਵੀ ਟੁੱਟਿਆ, ਇੱਕ ਤਾਰਾ ਵੀ ਟੁੱਟਿਆ ਨਾਨਕੇ ਸ਼ੁਭਨੀਆਂ ਸੁਨੇ ਬਦਲੇ ਰੰਗ ਕਰੀ ਦੀ ਪੀਂਗ ਝੂਟ ਦੀ ਨਾ ਸ਼ਰ
ਵੈਰੀ ਗੁੱਡ ਵੈਰੀ ਗੁੱਡ ਵੈਰੀ ਨਾਈਸ ਬਹੁਤ ਅੱਛਾ ਜੀ ਵੈਲ ਡਨ ਬਹੁਤ ਵਧੀਆ ਬਹੁਤ ਪਿਆਰਾ ਗੀਤ ਹੈ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਸੀਂ ਪੇਸ਼ ਵੀ ਕੀਤਾ ਤੇ ਹਾਂਜੀ ਮਤਲਬ ਇੱਥੋਂ ਪਤਾ ਲੱਗਦਾ ਵੀ ਤੁਸੀਂ ਲਾਈਵ ਵੀ ਗਾ ਸਕਦੇ ਆ ਔਰ ਫਿਲਮੀ ਤਰੀਕੇ ਨਾਲ ਜਿੱਦਾਂ ਅੱਜ ਕੱਲ੍ਹ ਮੁੰਡਿਆ ਜਿਹੜੀ ਨਕਲ ਕਰ ਰਹੇ ਆ ਉਸ ਤਰੀਕੇ ਨਾਲ ਵੀ ਗਾ ਸਕਦੇ ਆ ਵਧੀਆ ਨਿਭਾ ਸਕਦੇ ਆ ਸੋ ਬਹੁਤ ਵਧੀਆ ਲੇਕਿਨ ਹਰ ਬੰਦੇ ਦੇ ਵਿੱਚ ਓਨਾ ਟੈਲੈਂਟ ਨਹੀਂ ਹੁੰਦਾ ਉਹਨਾਂ ਦੇ ਤਾਂ ਇੱਕ ਅੱਧਾ ਗੀਤ ਕਰਨਾ ਹੈ ਉਹ ਤਾਂ ਪਤਾ ਹੀ ਆਪਾਂ ਗੱਲ ਕਰੀ ਚੁੱਕੇ ਹਾਂ ਵਾਰ ਵਾਰ ਹੁਣ ਉਹ ਗੱਲ ਨਹੀਂ ਕਰਦੇ ਤੇ ਮੇਰਾ ਖਿਆਲ ਹੁਣ ਮੈਂ 9 ਵੱਜਣੇ ਵਾਲੇ ਇੱਧਰ ਸਾਡੇ ਵੱਲ ਅਤੇ ਤੁਹਾਨੂੰ ਹੁਣ ਮੈਂ ਛੁੱਟੀ ਦੇ ਦਿੰਦਾ ਮੈਂ ਤੁਹਾਨੂੰ ਹੁਣ ਬਹੁਤਾ ਚਿਰ ਹੋਲਡ ਨਹੀਂ ਕਰਾਂਗਾ ਅਤੇ ਅਗਲੀ ਵਾਰੀ ਤੁਹਾਡੇ ਨਾਲ ਫਿਰ ਮੁਲਾਕਾਤ ਰੱਖਾਂਗੇ ਥੋੜ੍ਹਾ ਲੰਮਾ ਸਮਾਂ ਤੁਹਾਨੂੰ ਦੇਵਾਂਗੇ ਅਤੇ ਬਾਕੀ ਇਹ ਵੀ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਸਾਡਾ ਪ੍ਰੋਗਰਾਮ ਹੁੰਦਾ ਜਿਹੜਾ ਅਸੀਂ ਵੀਕਐਂਡ 'ਤੇ ਕਰਦੇ ਹਾਂ ਤੁਹਾਡੇ ਨਾਲ ਟਾਈਮ ਸੈੱਟ ਕਰ ਲਵਾਂਗੇ ਅਸੀਂ ਅਤੇ ਥੋੜ੍ਹੀ ਜਿਹਾ ਉਹਦੇ ਲਈ ਵੀ ਟਾਈਮ ਕੱਢਿਆ ਕਰੋ ਅਤੇ ਸਾਡੀ ਮਹਿਫਲ ਦੇ ਵਿੱਚ ਕਦੇ ਵਿਹਲੇ ਕਵੇਲੇ ਸ਼ਾਮਿਲ ਹੁੰਦੇ ਰਿਹਾ ਕਰੋ ਟਾਈਮ ਦੀ ਆਪਾਂ ਕੋਈ ਗੱਲ ਨਹੀਂ ਟਾਈਮ ਆਪਾਂ ਸੈੱਟ ਥੋੜ੍ਹਾ ਹਿਸਾਬ ਨਾਲ ਕਰ ਲਿਆ ਕਰਾਂਗੇ ਠੀਕ ਹੈ ਅਤੇ ਓਕੇ ਚਲੋ ਚਲੋ ਠੀਕ ਹੈ ਸਾਡੇ ਵੱਲੋਂ ਤੁਹਾਨੂੰ ਛੁੱਟੀ ਹੈ ਜੇ ਤੁਸੀਂ ਹੁਣ ਸਾਡੇ ਸਰੋਤਿਆਂ ਦੇ ਨਾਲ ਕੋਈ ਹੋਰ ਗੱਲ ਸ਼ੇਅਰ ਕਰਨੀ ਚਾਹੁੰਦੇ ਆ ਕੁਛ ਕਹਿਣਾ ਚਾਹੁੰਦੇ ਆ ਤੇ ਹੁਣ ਇੱਕ ਵਾਰੀ ਮਾਈਕ ਤੁਹਾਡੇ ਵਾਲੇ ਆ ਉਹ ਜੋ ਵੀ ਤੁਸੀਂ ਜਿੰਨੇ ਵੀ ਟਾਈਮ ਲੈਣਾ ਜਿੰਨੇ ਵੀ ਮਿੰਟ ਜਿਹੜੀ ਵੀ ਗੱਲ ਕਰਨੀ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਆਪ ਹੀ ਅਲਵਿਦਾ ਕਰ ਦਿਓ ਹਾਂਜੀ ਵੈਰੀ ਗੁੱਡ ਥੈਂਕ ਯੂ ਓਕੇ ਜੀ ਧੰਨਵਾਦ ਜੀ ਆਰਬੀ ਸਿੰਘ ਜੀ ਸਾਡੇ ਵੱਲੋਂ ਤੁਹਾਡਾ ਵੀ ਸ਼ੁਕਰੀਆ ਨਾਲ ਨਾਲ ਤੁਸੀਂ ਆਪਣਾ ਜਿਹੜਾ ਤੁਹਾਡਾ ਆਰਬੀ ਸਿੰਘ ਲਿਖਣਾ ਸ਼ੁਰੂ ਕੀਤਾ ਇਹਦੇ ਬਾਰੇ ਦੱਸਿਆ ਭਾਈ ਆਰਬੀ ਜਿਹੜਾ ਤੁਹਾਡੇ ਨਾਂ ਦੀ ਸ਼ਾਰਟਕੱਟ ਆ ਕਿ ਜਾਂ ਪੜ੍ਹਨ ਵਿੱਚ ਤਾਂ ਰੱਬ ਹੀ ਲੱਗਦਾ ਕਿ ਇਹਨੂੰ ਭਾਈ ਰੱਬ ਸਿੰਘ ਆ ਅੱਛਾ ਰਜਿੰਦਰ ਬਬਲੂ ਸੀ ਉਹਦਾ ਸ਼ਾਰਟਕੱਟ ਹੀ ਹੈ ਰਜਿੰਦਰ ਬਬਲੂ ਦਾ ਹੀ ਆ ਅੱਛਾ ਇੱਦਾਂ ਆਰਬੀ ਸਿੰਘ ਫਿਰ ਬਣ ਗਿਆ ਚਲੋ ਠੀਕ ਹੈ ਓਕੇ ਬਹੁਤ ਅੱਛਾ ਓਕੇ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਅਗਲੀ ਵਾਰੀ ਤੁਹਾਡੇ ਨਾਲ ਜਦੋਂ ਹੁਣ ਮੁਲਾਕਾਤ ਹੋਊਗੀ ਥੋੜ੍ਹਾ ਸਰੋਤਿਆਂ ਨੂੰ ਹੋਰ ਅਸੀਂ ਤੁਹਾਡੇ ਨਾਲ ਰੂਬਰੂ ਕਰਾਵਾਂਗੇ ਅਤੇ ਤੁਸੀਂ ਇੱਕ ਦੋ ਗੀਤ ਆਪਣੇ ਫਿਰ ਇਸ ਤਰ੍ਹਾਂ ਨਾਲ ਲਾਈਵ ਲੈ ਕੇ ਆਇਓ ਅਤੇ ਹੋਰ ਵੀ ਤੁਹਾਡੇ ਬਾਰੇ ਜਾਣਕਾਰੀ ਦਿੱਤੀ ਜਾਊਗੀ ਹਾਂਜੀ ਅਗਲੀ ਵਾਰੀ ਕੋਈ ਧਾਰਮਿਕ ਗਾਣਾ ਵੀ ਲੈ ਕੇ ਆਇਓ ਨਾਲ ਕਿਉਂਕਿ ਸਰੋਤੇ ਆਪਣੇ ਹਰ ਤਰ੍ਹਾਂ ਦੇ ਹੀ ਹੈਗੇ ਆ ਅਤੇ ਉਹ ਵੀ ਉਹਨਾਂ ਦੇ ਨਾਲ ਸ਼ੇਅਰ ਕੀਤਾ ਜਾਊਗਾ ਚੰਗਾ ਜੀ ਹੈਂ ਓਕੇ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਹੈਂ ਓਕੇ ਜੀ ਸਤਿ ਸ਼੍ਰੀ ਅਕਾਲ ਚਲੋ ਫਿਰ ਮਿਲਦੇ ਹਾਂ ਓਕੇ ਥੈਂਕ ਯੂ ਓਕੇ ਦੋਸਤੋ ਹੁਣ ਮੈਂ ਜਿਹੜੇ ਸਾਡੇ ਦੋਸਤਾਂ ਨੂੰ ਸ਼ਾਮਿਲ ਕਰਨਾ ਹੁਣ ਮੈਂ ਥੋੜ੍ਹਾ ਜਿਹਾ ਉੱਧਰ ਵੀ ਟਾਈਮ ਸਪੈਂਡ ਕਰ ਲਵਾਂ ਅਤੇ ਜਿਹੜਾ ਆਪਾਂ ਕੰਮ ਕਰਦੇ ਹੁੰਦੇ ਹਾਂ ਵੀਕਐਂਡ 'ਤੇ ਸਭ ਤੋਂ ਪਹਿਲਾਂ ਮੈਂ ਦੇਖਦਾ ਕਿ ਸਾਡੇ ਸਿੰਗਰਸ ਲਿੰਕ ਟੂ ਪੰਜਾਬੀ ਮੰਚ ਇਹੀ ਖੁੱਲ੍ਹ ਗਿਆ ਸਾਹਮਣੇ ਚਲੋ ਕੋਈ ਗੱਲ ਨਹੀਂ ਇੱਥੋਂ ਹੀ ਸ਼ੁਰੂ ਕਰ ਲੈਂਦੇ ਹਾਂ ਭੋਲਾ ਜਮਲਾ ਜੱਟ ਇਹ ਰੀਸੈਂਟ ਐਕਟੀਵਿਟੀ ਹੈ ਨਾ ਇਹ ਤਾਂ ਉਹਨਾਂ ਦਾ ਗੀਤ ਆ ਗਏ ਅਸੀਂ ਗਾ ਚੁੱਕੇ ਹਾਂ ਸੁਣਾ ਚੁੱਕੇ ਹਾਂ ਅਸੀਂ ਜਿਹੜਾ ਉਹਨਾਂ ਦਾ ਗਾਇਆ ਹੋਇਆ ਅਤੇ ਮੈਂ ਹੁਣ ਦੇਖਣਾ ਕਿ ਸਿੰਗਰ ਕਿਹੜੇ ਕਿਹੜੇ ਨੇ ਅਤੇ ਸੋ ਆਈ ਨੀਡ ਟੂ ਨੋ ਦੈਟ ਕਈ ਬੰਦੇ ਸਾਨੂੰ ਉਸ ਤਰ੍ਹਾਂ ਭੇਜ ਦਿੰਦੇ ਨੇ ਨਾ ਲਿੰਕ ਕਈ ਵਾਰ ਉਹ ਸਿੰਗਰ ਨਹੀਂ ਵੀ ਹੁੰਦੇ ਸੋ ਆਈ ਹੈਵ ਟੂ ਫਾਈਂਡ ਆਊਟ ਫਸਟ ਲੈਟਸ ਸੀ ਲਿਵਸ ਇਨ ਫਿਰੋਜ਼ਪੁਰ ਪੰਜਾਬੀ ਯੂਨੀਵਰਸਿਟੀ ਸੋ ਲੈਟਸ ਫਾਈਂਡ ਆਊਟ ਨਵੰਬਰ ਫਿਰੋਜ਼ਪੁਰ ਵੈਲ ਇੱਥੋਂ ਤਾਂ ਕਿਤੇ ਨਹੀਂ ਕੁਛ ਪਤਾ ਲੱਗਾ Let's look at his pictures. Varun Bhatta. Maybe Varun Bhatta, yeah.
ਠੀਕ ਹੈ ਤੇ ਚੰਨਵੀਰ ਕਿੱਥੇ ਹੋਇਆ ਫਿਰ ਇਹ ਤਾਂ ਨਹੀਂ ਚੰਨਵੀਰ Okay, well, let's look at his timeline. Chalo publicity de Chanveer di ho rahi hai na. Dekhte hain. Chanveer ji ki likhte hain. Okay. Well, I don't see anything that indicates to me that he's a singer. I don't know. So I'm going to leave it alone for now, not to spend too much time on it. Okay, so let's look at the other guy. Because I haven't seen it yet, they're coming here. So otherwise, play very for me. By line delete kar dena humne. So Taddi Button Balia. Taddi Button Balia, Button Balia. Taddi. Oh, it's a fair. Ah, the body, eh? That's nice. Cover page. Snan Singh Button Balia. Okay. Budanwar, okay. Budanwar. So that's him. Shakot. So Tadi. Budanwar. About Tadi. I mean, that's him. So now I'm saying Budanwar. Okay. And there is. Okay, I'm just trying to find a song. Well, that's understood. So, it's there. So, he's a singer. So, even if I can't find a song, that's fine. The page is very nicely done. Very professional looking. Coming soon. What is coming soon? Lyrics and... So, well, that's the timeline. That's okay. So, anyway, yeah. So, that's fine. I couldn't find a song, but this understood. So he is a singer.
Okay, so, well, this one is resolved, so I'm going to add him. I'll welcome him later on. Okay, now we have some here. Okay, let's start with Neha Popli. Okay, Neha Nangal. So I'm always curious about the towns and cities where people are from. Photos. Well, she has quite a few. And the timeline. Let me share it with you. Okay, well, everything looks pretty good. Nicely done page. One flower, still it looks pretty good, huh? That's an idea. Some people just leave it blank, nothing. Yeah. So it's very easy just to make it look good. Just grab one flower from Facebook. If nothing else, you can do at least that. That's not difficult to do. That's why I become suspicious when people don't even have their picture or nothing on the cover page. You just wonder if there's a fake profile. And most of the time it is. Okay. So I'm going to add her. So, okay. So she's in. Sonikor Ojla. That's the next one. Okay, let's start. Our information. Nickname is Bitu. Okay. Bengali too. Hindi, Bengali, English, and Punjabi. So she lives there. Oh, there it is, Durgapur. So that's Bengal. Okay. Photos. Oh, she has two pictures. And now let's look at this timeline. There she is. Okay, that's what I mean. So you can grab something from Facebook and put it here. That's not difficult. So the page will look better. Just for doing one thing, easy thing. So that's pretty good. Okay, I'm going to add her to the group. She is in JSR Madhukar. Well, that's a nicely done page. Look at that. See? It becomes so impressive. It's full.
If you have something here, it looks good. Okay, let's start with the information tab. Okay, there it is. Quite a family, eh? jsmadhukar.com. So he has Vrindavan, hometown, Mumbai, Maharashtra. That's where he is now. Banaras Hindu University. How about photos? Well, they're loading a little slow, but there are quite a few. Quite a lot. There's tons of pictures. Wow. There's loads of pictures, plot. All right. And let's look at his timeline. If it's going to open. There it is. Okay, very good. All right. Well, let's do it easy way. I don't have to go through that many steps. I can go there directly from here. So let's add him. So added by Amandeep Singh Sodhi. Thank you, Sodhi Saab. Hopefully you will join us on Sunday. Akash Singh. That's a nice page too. Nicely done. Yeah, it always looks better with something here. It looks very bland without the cover page. Without the profile picture, then it looks fictitious anyway. And I don't add them. Kathmandu, Nepal, hometown. The Blooming Buds Higher, Jammu University. Okay. Photos. All right, looks pretty good. And this is timeline. All right, looks pretty good to me. Let's add him. Okay, friend. Welcome to the club. You are in. Welcome aboard, friend. You are in. That's nice. Right. So that's he is. So this is the guy, eh? Yeah. Suppose. That's fine. Okay. I just want to see. All right. So let's add him. Akash Singh is in. And I ignore this guy. I don't care about the people who can't even put their picture or anything there. And I don't take them seriously. Okay. Let's start here.
अहमदनगर महाराष्ट्र। अहमदनगर कॉलेज Okay, that's not bad. Let's look at his timeline. ਵਟਸਐਪ ਦਾ ਬੜਾ ਰਿਵਾਜ ਹੋ ਗਿਆ ਇੰਡੀਆ 'ਚ। ਆਲਰਾਈਟ, ਲੁੱਕਸ ਗੁੱਡ ਟੂ ਮੀ। ਆਲਰਾਈਟ, ਲੈਟਸ ਐਡ ਹਿਮ। ਲੈਟਸ ਗੋ ਦ ਸ਼ਾਰਟ ਰਾਊਟ। Okay, there it is. So he's in. Just don't worry about this guy. And what do we have here? Oh, happy birthday. Okay. Okay, so they are liking the book. I see. By the way, that's what they're liking. Oh, that's nice. Thank you, Albertina. Okay, let me share with you guys what they are liking and what they're talking about. I posted one of my books of short stories here. Okay, friends, thank you very much for liking it. Super sweet, thanks. Thank you. And let me say thank you all to these people too. I need to show you all these. Kanveer Swami, Amandeep Sodhi, Satgurdayal Sharma, Sanjay Mitwa, Chanjit Ramamandi, Viljinder Sandhu, Gurvinder Singh, Kiran Steinke, Ravinder Singh Boyle, Ripinder Pali, Raju Haturia, Malli Saab, Satpal Bangi, Pala Kang, Ajay Basara Birdi, Ripinder Sandhu, Kaunke, Vrinder Chalo, Avatar Singh Sandhu, Ladi Ladde Mundewala, Badi Der Baad Darshan Hoye Ladi Di, Singer Vinder, Dilbertina, Nirmal Singh, Lyrics Deep, Kuldeep, Idhar Bhi Na Ho Gaya Hoon, Rajinder Comedian, Balvinder Singh Chal, Amandeep, Dilwag Singh Varaya, Sajid Sandhu, Singh Jimmy Talon, Gurinder Suri, and Manna Butter. Okay, friends, thank you, all of you. Thanks a lot. Okay, I salute all of you. Okay, and now I have to go back and look at a couple of more. Manpreet. Okay, Punjabi Mind, friends and fans. I have Punjabi Satsava. Let's see. Is there anybody here? No, not one here. Okay, those are the older ones. There's not a new one. And Punjabi Manch Active Fans Club. So that's what I have to share with you guys. Punjabi Manch Active Fans Club. I am going to talk about this group. Let me show you how many people we have in this one. You see how many we have? 10 to 10 shit to know 10 people only, and I am not looking forward to make it 10,000. Okay, because that's not going to happen. Okay, this group is only for those people who are actively in Punjabi Manch waste actively kaam kar rahe ne, kuch na kuch hissa pa rahe ne, kuch Punjabi Manch di promotion waste kuch kar rahe ne. Punjabi Manch nu kise na kise tarike ne promote kar rahe. It's only for those. If somebody does it for 1 year,
then we will think about adding that person to this group. So this is a very, 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 very special club. So you cannot send a request to be added to this group. Please don't do that, because we don't accept those. After you become eligible, I will send you the request. I will feel honored to send you the request. Okay? So you should not be sending me one. This is not how this one works. This is a private group for special people who are cream of the crop as far as Punjabi munch goes. Punjabi munch di takki vaste kam kar raha hai. I'm not talking about if somebody is very, very famous. Okay, I'm not going to add that person because somebody is very, very famous or somebody has 15 albums out in the market. Doesn't matter. I'm talking about if somebody is doing something for Punjabi Manch, for our institution, for our sanstha. Okay? So today, I'm going to add one person to this group. Just one. There were a few more. I have deleted those. I didn't want to show you who I have deleted, but I have deleted quite a few because there were some requests. This request, he didn't send it. I requested him. I requested him to send it to me. Okay? So that's why he sent it. I asked him, I requested him, Amandeep Sodhi, because he is doing a lot for Punjabi Manch. He has been working with us for last couple of years, and for Punjabi Manch, he is doing quite a few things. So that's why he deserves to be there. So now let me introduce you who Amandeep Sodhi is. That's Amandeep Sodhi. Okay. Let me open his page for you, his information. Lives in Jalandhar. Studied at BIT at Guru Nanak Dev University and Lalpur Khalsa College. And he is, so this is the family members. And then this is all his IDs. And as far as his singing is concerned, he has quite a few things going for him. Okay. Classical music, that's his specialty, Indian classical music. As you know, interview bhi de chuke hain aage pehla. And now let me click at some pictures. So that's him. That's Amandeep Sodhi. Let me click on this picture, see if it becomes bigger. Yes, it does. So that's him. So that's the guy. Okay. So once again, so that's his group. They are practicing. Okay, so there they are practicing. That's him. That's Amandeep Sodhi. Okay. He's a professional classical singer. Okay, so now let me click on his timeline too. Oh, that's him. Okay. Good enough. So now you know who I am going to add to this special group, because this is a very, very, very special group. This is our inner circle, you can call it our inner circle. Okay, let's see. Yes, let me do it maximum. Punjabi Manch Active Fans Club, there it is. Okay. So click on it and he is in. One new. Now I am going to welcome him right away.
Okay, Actor Fans Club. There we go. Well, so there he is. There he is. Okay, now, as you can tell, members, see that? One has gone up. There are 11 of us, two with dead turbans. Three. Three people with red turbans. So that's a very popular one, yeah? Popular color. So there's Amandeep Sodhi. So he's a member of this special club. I have a few people, other people in mind. Maybe we'll add them in the coming months after we will see some more activity on their part. Okay, so that's what that group is about. So you don't send any request to be added to this group unless I make that request to you. I will send the request to you. Okay, after you become eligible. Okay, now let me see. Video and film directors, who we have here. We have Sanjay Mehta, so he deserves it. I'm going to add him for sure. Okay, now let me introduce Sanjay Mehta to you guys. Okay, he's one of our, okay, singer, event organizer. So you can read that. So he's a singer, he's an event organizer, plus he has a studio. So he has a production house, Mox Music. That's the name of the company, Mox Music. So he does that, professional work, production house, music production. So he is clearly a music director, video director, or they all fall under the same category. Music director, video director, film director, we have one category for all of them. Okay, that's why he deserves to be in this group. Let me click on the photos album here. There he is. Okay, quite a few pictures here. Yeah, a whole lot. Tons of pictures. Okay, and let me open his timeline. So there it is. So Dollywood. So the left is Charlie Pay, Dollywood. So Delhi Dollywood Bani here. Samjho. So as you call Pindiwood, we'll talk about Pindiwood tomorrow. So he's a friend. Is one of our new friends, and now I'm going to add him to this group, which is video and film directors. Okay, video and film directors, there it is. So he is in. He is a member of the club. So Amandeep Sodhi is here already. So now he's part of it too. Well,
That should do it. I'm going to welcome him too later on. Let's see if there's anybody left. Modulus. Okay, that's fine. That's Maffle. Fans and fans, we already did that. Photography is just a page. Media persons. Let's see if there's anybody there. So that's fine. So we are okay. So basically we are all set now. So okay, Satsala bhi ho gaya. We did that already. So we are good. Punjabi Munch photography. So that's just a page. There are some new likes there. That's good. Okay. Alright, friends. That should do it for today. Okay. Okay, my dosto. ਅੱਜ ਦਾ ਪ੍ਰੋਗਰਾਮ ਹੈ ਇੱਥੇ ਸਮਾਪਤ ਕਰਦੇ ਹਾਂ ਅਤੇ ਕੱਲ੍ਹ ਤਾਂ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੋਣਾ ਹੀ ਹੈ ਕੱਲ੍ਹ ਅਸੀਂ ਤੁਹਾਨੂੰ ਦੱਸ ਹੀ ਦਿੱਤਾ ਪਹਿਲਾਂ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕਰ ਗਏ ਕੱਲ੍ਹ ਅਸੀਂ ਇੱਕ ਗੋਸ਼ਟੀ ਕਰ ਰਹੇ ਹਾਂ ਗੋਸ਼ਟੀ ਦਾ ਨਾਂ ਰੱਖਿਆ ਅਸੀਂ ਮੈਂ ਅਜੇ ਪੋਸਟ ਨਹੀਂ ਬਣਾਇਆ ਅੱਜ ਮੈਂ ਪੋਸਟ ਬਣਾ ਕੇ ਲਾ ਦਿੰਦਾ ਗੋਸ਼ਟੀ ਦਾ ਅਸੀਂ ਨਾਂ ਰੱਖਿਆ ਪਿੰਡੀ ਵੁੱਡ ਦੇ ਪੰਜਾਬੀ ਸਿੰਗਰ ਅਤੇ ਇਹ ਪਿੰਡੀ ਵੁੱਡ ਜਿਹੜੀ ਟਰਮ ਹੈ ਇਹ ਪੰਜਾਬੀ ਸਾਹਿਤ ਸਭਾ ਰਾਮਾ ਮੰਡੀ ਦੇ ਜਨਰਲ ਸਕੱਤਰ ਡਾਕਟਰ ਚਰਨਜੀਤ ਚੰਨ ਉਹਨਾਂ ਨੇ ਮੈਨੂੰ ਦਿੱਤੀ ਆ ਉਹਨਾਂ ਤੋਂ ਮੈਂ ਬੋਰੋ ਕੀਤੀ ਆ ਅਤੇ ਮੈਂ ਕਿਹਾ ਚਲੋ ਠੀਕ ਹੈ ਅਤੇ ਅਸੀਂ ਉਹਨਾਂ ਦੇ ਫਿਰ ਗੋਸ਼ਟੀ ਕਰ ਦਿੰਦੇ ਅਸੀਂ ਥੋੜ੍ਹੀ ਜਿਹੀ ਗੋਸ਼ਟੀ ਅਧਿਕਾਰੀ ਲਈ ਆ ਮੈਨੂੰ ਪਤਾ ਨਹੀਂ ਸੀ ਆਰ ਬੀ ਸਿੰਘ ਉਹਨਾਂ ਨੇ ਸ਼ਾਮਿਲ ਹੋ ਸਕਣਾ ਕਿ ਨਹੀਂ ਹੋ ਸਕਣਾ ਅਤੇ ਉਹਨਾਂ ਨੇ ਵੀ ਥੋੜ੍ਹੀ ਜਿਹੀ ਗੱਲ ਖੁੱਲ੍ਹ ਗਈ ਸੀ ਅਤੇ ਉਹ ਵਿਸ਼ੇ ਦਾ ਸਾਨੂੰ ਪਤਾ ਲੱਗ ਹੀ ਗਿਆ ਉਸ ਵਿਸ਼ੇ 'ਤੇ ਕੱਲ੍ਹ ਸਾਡੇ ਦੋਸਤ ਜਿਹੜੇ ਆ ਆਪੋ ਆਪਣੇ ਵਿਚਾਰ ਦੇਣਗੇ ਅਤੇ ਥੋੜ੍ਹੀ ਡਿਟੇਲ ਦੇ ਵਿੱਚ ਕੱਲ੍ਹ ਗੱਲ ਹੋਏਗੀ ਅਤੇ ਕੱਲ੍ਹ ਫਿਰ ਦੁਬਾਰਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ ਸੋ ਕੱਲ੍ਹ ਤੱਕ ਆ ਗਿਆ ਦਿਓ ਓਕੇ ਜੀ ਰੱਬ ਰਾਖਾ ਥੈਂਕ ਯੂ ਵੈਰੀ ਮੱਚ